ਸਿਮਰੋ ਅੰਗਤ ਤੋਖ ਨਿਕੰਦਨ ਅਮਰਦਾਸ ਗੁਰ ਹੇਤ ਤਿਹਾਮ ਗੁਰ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਸ਼੍ਰੀ ਅਰਜਨ ਭਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਸ਼੍ਰੀ ਹਰ ਗੋਬਿੰਦ ਸ਼ੋਭ ਸੁਮਤ ਪਰਕਾਸ਼ਕ ਸ਼੍ਰੀ ਹਰ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਈ ਬਹੋਰੀ ਗੁਰੂ ਤੇਗ ਬਹਾਦਰ ਪਰਮ ਕੇ ਤੁ ਗੁਰ ਤਹਿ ਪ੍ਰਸਾਦ ਸਚ ਹੋਏ ਵਾਹਿਗੁਰੂ ਦੀ ਕੀ ਫਤ ਹੈ ਬਿਗਨ ਬਿਨਾਸ਼ਨ ਸੋਏ ਸਤਨਾਮ ਵਾਹਿ ਜੀ ਵਾਹਿ ਗੁਰੂ ਸਾਹਿਬ ਜੀ ਦੋਹਰਾ ਬਘਵਾ ਅਮਰ ਆਏ ਗगन ਮਹਿ ਸ਼ਾਏ ਇਰਹ ਅਚਰਜ ਕੋਤਰ ਮਿਲਤ ਭਏ ਸਮੁੰਦਾਏ ਬ੍ਰਹਮਾਦਿਕ ਮਘਵਾ ਅਮਰ ਆਏ ਗਗਨ ਮਹਿ ਛਾਏ ਸਤਿ ਪਾਤਸ਼ਾ ਗਰੀਬ ਨਵਾਜ਼ ਦੀਨ ਦੁਨੀਆ ਦੇ ਮਾਲਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪਰਤਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਸਰਗੁਣ ਸਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਸਾਡੇ ਸਾਰਿਆਂ ਦੀ ਇੱਜ਼ਤ ਰੱਖਣ ਵਾਲੇ ਪਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਿਗੁਰੂ ਜੀ ਦੇ ਦਰਸ਼ਨ ਕਰਨ ਦਾ ਸੰਗਤ ਕਰਨ ਦਾ ਸੁਭਾਗ ਪਰਿਆ ਸਮਾ ਸਤਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਦੋਵੇਂ ਹੱਥ ਜੋੜ ਕੇ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀਆ ਦੇ ਮਾਲਕ ਧਰਮ ਦੀ ਚਾਦਰ ਸ੍ਰਿਸ਼ਟੀ ਦੀ ਚਾਦਰ ਨਵੇਂ ਪਾਤਸ਼ਾਹ ਸਾਕਾ ਕਲਯੁਗ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਵੱਡਾ ਸਾਕਾ ਕੀਤਾ Hindu dharm ਦੀ ਰੱਖਿਆ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਵੇਂ ਆਪਣੀ ਸ਼ਹਾਦਤ ਦਿੱਤੀ ਇਹ ਪ੍ਰਸੰਗ ਕਲ ਆਪ ਜੀ ਨੇ ਸਰਵਣ ਕੀਤਾ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਸੱਚੇ ਪਾਤਸ਼ਾਹ ਗਰੀਬ ਨਿਵਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਾਰਾਜ ਜੀ ਨੇ ਆਪ ਇਸ਼ਨਾਨ ਕੀਤਾ ਲਾਗੇ ਖੋਈ ਤੇ ਜਲ ਨਾਲ ਇਸ਼ਨਾਨ ਕਰਕੇ ਉਹਨਾਂ ਨੂੰ ਕਿਹਾ ਭਾਈ ਅਸੀਂ ਜਪਜੀ ਸਾਹਿਬ ਦਾ ਪਾਠ ਕਰਨਾ ਹੈ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਪਾਠ ਕਰਕੇ ਸਿਰ ਨਵਾਵਾਂਗੇ ਔਰੇ ਤੋਂ ਬਾਅਦ ਤੁਸੀਂ ਜੋ ਮਰਜ਼ੀ ਕਰਦੇ ਤੇਗ ਚਲਾ ਕੇ ਵੇਖ ਲਿਓ ਆਪਣੀ ਤੇਗ ਪਰਖ ਕੇ ਦੇਖ ਉਹ 사ਤ ਸੰਗਤ ਦੀ ਮਹਾਰਾਜ ਜੀ ਨੇ ਫਿਰ ਚਾਂਦਨੀ ਚੌਂਕ ਇੱਕ ਰੁੱਖ ਦੇ ਹੇਠਾਂ ਬੈਠ ਕੇ ਸਤਿਗੁਰੂ ਜੀ ਨੇ ਪਾਠ ਕੀਤਾ ਜੀ ਬਹੁਤ ਚੰਗਾ ਹੁੰਦਾ ਕਿ ਜੇ ਚਾਂਦਨੀ ਚੌਂਕ ਵਿੱਚ ਉਹ ਰੁੱਖ ਵੀ ਅੱਜ ਹੁੰਦਾ ਅੱਜ ਉਹ ਰੁੱਖ ਤਾਂ ਨਹੀਂ ਹੈ ਕੋਈ ਜ਼ਰੂਰ ਹੈਗੀ ਹੈ ਜੀ ਗੁਰਦੁਆਰਾ ਸੀਸ ਗੰਢ ਸਾਹਿਬ ਸਥਾਨ ਹੈ ਨੌਵੇਂ ਪਾਸ਼ਾ ਦਾ ਦਿੱਲੀ ਵਿੱਚ ਜਿਹੜੀ ਦਿੱਲੀ ਹੈ ਅੱਜ ਕੱਲ੍ਹ ਉੱਥੇ ਗੁਰਦੁਆਰਾ ਕਿਉਂਕਿ ਉਹ ਥੋੜਾ ਜਿਹਾ ਸ਼ਹਿਰ ਤੋਂ ਬਾਹਰ ਥੋੜਾ ਜਿਹਾ ਦਿੱਲੀ ਖਾਸ ਸ਼ਹਿਰ ਦੇ ਵਿੱਚ ਸੀਸਗੰਗ ਸਾਹਿਬ ਸਥਾਨ ਮੈਨੂੰ ਗੁਰਮੁਖਾਂ ਨੇ ਦੱਸਿਆ ਉਹ ਕਹਿੰਦੇ ਵੀ ਜਿਹੜਾ ਸੀਸਗੰਗ ਸਾਹਿਬ ਹੈ ਇਹ ਦਿੱਲੀ ਦੇ ਤਾਂ ਮੁੱਖ ਸਥਾਨ ਹੈ ਮੁੱਖ ਸਥਾਨ ਮੁੱਖ ਸਥਾਨ ਜਿਹੜਾ ਉਹ ਗੁਰਦੁਆਰਾ ਸੀਸਗੰਗ ਸਾਹਿਬ ਹੈ ਸਾਨੂੰ ਮਹਾਰਾਜ ਜੀ ਦੀ ਮਿਹਰ ਨਾਲ ਬੜੀ ਵਰੀ ਉਸ ਸਥਾਨ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹਰ ਵਾਰ ਬੇਅੰਤ ਸੰਗਤ ਹੁੰਦੀ ਹੈ ਗੁਰੂ ਸਾਹਿਬ ਜੀ ਦੀ ਮਿਹਰ ਨਾਲ ਦਿੱਲੀ ਸੀਸ ਗੰਦ ਸਾਹਿਬ ਨੌਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਕਥਾ ਕਰਨ ਦਾ ਵੀ ਮੌਕਾ ਗੁਰੂ ਜੀ ਨੇ ਬਖਸ਼ਿਸ਼ ਕੀਤਾ ਜੀ ਬਹੁਤ ਵੱਡਾ ਸਾਧ ਸੰਗਤ ਦੀ ਉਹ ਸਥਾਨ ਹੈ ਬਹੁਤ ਵੱਡਾ ਅੱਜ ਵੀ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਵਰਤਦੀ ਮਿਹਰ ਵਰਤਦੀ ਹੈ ਸਭ ਥਾਂ ਹੀ ਹੋਏ ਸਹਾਇ ਭਾਈ ਗੁਰਵਿੰਦਰ ਸਿੰਘ ਨੇ ਭੋਗ ਪੁਰਦੇ ਉਹਨਾਂ ਦੇ ਪੁੱਤਰ ਨੇ ਅਮਰੀਕਾ ਜਾਣਾ ਸੀਗਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸਥਾਨ ਦੇ ਉੱਤੇ ਸੀਸ ਗੰਢ ਸਾਹਿਬ ਅਰਦਾਸ ਕੀਤੀ ਦੀ ਦਿੱਲੀ ਕੋਈ ਇੰਟਰਵਿਊ ਨਹੀਂ ਸੀਗੀ ਤੇ ਉਹਨੇ ਦੱਸਿਆ ਉਹਨਾਂ ਦੇ ਪੁੱਤਰ ਨੇ ਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਆਪਾਂ ਅਰਦਾਸ ਕਰਕੇ ਗਏ ਸਾਂ ਹਰ ਵਾਰ ਮੇਰੇ ਤੋਂ ਪਹਿਲਾਂ ਜਿੰਨੇ ਬੱਚੇ ਸਾਰੇ ਫੇਲ ਕੀਤੇ ਸੀ ਕਹਿੰਦੇ ਕਹਿੰਦੇ ਮੈਨੂੰ ਸਵਾਲ ਵੀ ਕੋਈ ਨਹੀਂ ਪੁੱਛਿਆ ਬਸ ਵੇਖਿਆ ਉਹਨਾਂ ਨੇ ਸਟੈਂਪ ਲਾ ਦਿੱਤੀ ਕਹਿੰਤੀ ਕਰ ਰਹੇ ਆ ਵੀ ਅੱਜ ਬਾਹਰ ਜਾਣਾ ਬੜੀ ਵੱਡੀ ਗੱਲ ਹੈਗੀ ਐ ਸਾਰਿਆਂ ਦਾ ਚੀ ਕਰਦਾ ਵੀ ਆਪਾਂ ਵੀ ਜਾਈਏ ਆਪਾਂ ਵੀ ਜਾਈਏ ਆਪਾਂ ਵੀ ਜਾਈਏ ਮਹਾਰਾਜ ਗੁਰੂ ਤੋਂ ਇੱਕ ਬਾਦ ਸਭ ਸਾਰੀਆਂ ਥਾਵਾਂ ਤੇ ਸਹਾਇਤਾ ਕਰਦੇ ਆ ਕਿਤੇ ਵੀ ਤੁਸੀਂ ਕੋਈ ਵੀ ਅਰਦਾਸ ਕਰੋ ਇਹ ਹੁਣ ਇਹ ਨਾ ਸੋਚਿਓ ਵੀ ਵਿਸ਼ਾਲ ਸਿੰਘ ਕਹਿ ਰਿਹਾ ਨਹੀਂ ਪਿਆਰਿਓ ਦਸਵੇਂ ਪਾਤਸ਼ਾਹ ਕਹਿ ਰਹੇ ਸਭ ਥਾਂ ਹੀ ਹੋਏ ਸਹਾਇ ਸਾਡੇ ਗੁਰਦੇਵ ਪਿਤਾ ਜੀ ਸਾਨੂੰ ਕਹਿ ਰਹੇ ਸਿੱਖੋ ਗੁਰੂ ਤੇਗ ਬਹਾਦਰ ਜੀ ਨੂੰ ਚੇਤੇ ਕਰਿਆ ਕਰੋ ਗਰੀਬੀ ਖੰਭ ਲਾ ਕੇ ਉੱਡ ਜੇਗੀ ਤੁਹਾਡੀ ਕਹਿਣ ਲੱਗੇ ਗਰੀਬੀ ਤੁਹਾਡੀ ਉੱਡ ਜੇਗੀ ਹਾਰੀਆਂ ਥਾਵਾਂ ਤੇ ਮਹਾਰਾਜ ਤੁਹਾਡੀ ਸਹਾਇਤਾ ਕਰਨਗੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਜਪਜੀ ਸਾਹਿਬ ਦਾ ਪਾਠ ਕੀਤਾ ਸਿਰ ਨਵਾਇਆ ਜਲਾਦ ਨੇ ਤੀਕ ਚਲਾਈ ਪਰ ਉਹਨੂੰ یوں ਲੱਗਾ ਜਿਵੇਂ ਤੇਗ ਹਵਾ ਵਿੱਚ ਹੀ ਚੱਲੀ ਐ ਸਤਿਗੁਰੂ ਜੀ ਦਾ ਸੀਸ ਆਪੇ ਹੀ ਵੱਖ ਹੋ ਕੇ ਭਾਈ ਦੇਤਾ ਜੀ ਦੀ ਝੋਲੀ ਵਿੱਚ ਜਾ ਪਿਆ ਜੀ। ਇੱਕਦਮ ਨੇਰੀ ਚੱਲ ਪਈ ਅੱਖਾਂ ਵਿੱਚ ਮਿੱਟੀ ਘਟਾ ਪੈਣ ਲੱਗ ਪਿਆ ਕਿਸੇ ਨੂੰ ਸੁਝਿਆ ਨਹੀਂ ਵੀ ਕੀ ਬਣ ਰਿਹਾ ਸਨਾਟਾ ਛਾ ਗਿਆ ਸਾ ਸੰਗਤ ਦੇ ਭਾਈ ਦੇਤਾ ਦੀ ਸਤਿਗੁਰੂ ਜੀ ਦਾ ਸੀਸ ਛੇਤੀ ਦੇ ਨਾਲ ਸ਼ਹਿਰ ਤੋਂ ਬਾਹਰ ਲੈ ਗਏ ਜੀ ਇਹਨਾਂ ਬਲ ਭਾਈ ਜੈਤਾ ਜੀ ਵਿੱਚ ਕਿੱਥੋਂ ਆਇਆ ਗੁਰਮੁਖੋ ਇਹ ਬਲ ਸਾਨੂੰ ਇਹ ਬਲ ਭਾਈ ਜੈਤਾ ਜੀ ਨੂੰ ਨੌਵੇਂ ਪਾਤਸ਼ਾਹ ਮਹਾਰਾਜ ਜੀ ਨੇ ਆਪ ਹੀ ਬਖਸ਼ਿਸ਼ ਕੀਤਾ ਜੀ ਕਾਰਨ ਸੰਗਤ ਦੀ ਜਿੰਨਾ ਕੋਲੋਂ ਮਹਾਰਾਜ ਨੇ ਸੇਵਾ ਲੈਣੀ ਹੁੰਦੀ ਹੈ ਨਾ ਜੀ ਮਹਾਰਾਜ ਆਪੇ ਹੀ ਉਹੋ ਜਿਹਾ ਮਾਹੌਲ ਬਣਾ ਦਿੰਦੇ ਹੈ ਜੀ ਤੁਸੀਂ ਵੇਖਿਓ ਕਈ ਵਾਰੀ ਬੰਦੇ ਨੂੰ ਚਿੱਤ ਚੇਤਾ ਵੀ ਨਹੀਂ ਹੁੰਦਾ ਤੇ ਗੁਰੂ ਸਾਹਿਬ ਉਹਰੇ ਕੋਲ ਬੜੀ ਵੱਡੀ ਸੇਵਾ ਲੈ ਲੈਂਦੇ ਜੀ ਭਾਈ ਜੈਤਾ ਜੀ ਨੂੰ ਕੋਈ ਚਿੱਤ ਚੇਤਾ ਥੋੜੀ ਸੀਗਾ ਵੀ ਮਹਾਰਾਜ ਸਿੱਤੇ ਪਾਸ਼ੋ ਨੇ ਸੋ ਹਣੇਰੇ ਤੋਂ ਅੱਗੇ ਆਪਾਂ ਕਥਾ ਸੁਣੀ ਹੈ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਜਗਤ ਦੇ ਵਿੱਚ ਸੋਗ ਫੈਲ ਗਿਆ ਜੀ ਦੁਨੀਆਂ ਵਿੱਚ ਹਾਏ ਹਾਏ ਹੋਣ ਲੱਗ ਪਈ ਹੈ 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 ਸਭ ਜੱਗ ਭਿਉ ਜੈ 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 ਸੁਰ ਲੋਕ ਇਸ ਦੁਨੀਆਂ ਵਿੱਚ ਹਾਹਕਾਰ ਮਚ ਗਈ ਦਸਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਕਿਰਪਾ ਕਰਦੇ ਆ ਕਹਿੰਦੇ ਇੱਥੇ ਤੇ ਹਾਏ ਹਾਏ ਹੋਣ ਲੱਗ ਪਈ ਪਰ ਸੁਰ ਲੋਕ ਵਿੱਚ ਦੇਵਤਿਆਂ ਦੇ ਲੋਕ ਦੇ ਵਿੱਚ ਜੱਜਕਾਰ ਮਹਾਰਾਜ ਦੀ ਹੋਣ ਲੱਗ ਪਈ ਜੀ ਜੱਜਕਾਰ ਹੋਣ ਲੱਗ ਪਈ ਜੀ ਉਹ ਜੱਜਕਾਰ ਹੋਈ ਕਿਉਂ ਜੀ ਆਖੋ ਵਾਹਿਗੁਰੂ ਵਾਹਿਗੁਰੂ ਦੇਵਤੇ ਵੀ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੀ ਜੱਜਕਾਰ ਕਰਦੇ ਆ ਕਿਉਂ ਕਰਦੇ ਆ ਕੀ ਕਾਰਨ ਉਹ ਅੱਜ ਦੀ ਕਥਾ ਦੇ ਵਿੱਚ ਬਚਨ ਆਉਣਗੇ ਜੀ ਕੱਲ ਤੁਸੀਂ ਸੁਣਿਆ ਹੈ 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 ਸਭ जग ਭਇਓ ਅੱਜ ਤੁਸੀਂ ਸੁਣੋ ਜੈ 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 ਸੁਰ ਲੋਗ ਆਉ ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਗੱਜ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਾਂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੁਹਰਾਓ ਬ੍ਰਹਮਾਦਿਕ ਮਘਵਾ ਅਮਰ ਆਏ ਗਗਨ ਮਹਿ ਛਾਏ ਹਾਂਜੀ 헤 ਰਹੇ ਅਚਰਜ ਕੋ ਤਰੈ ਮਿਲਤ ਭਏ ਸਮੁੰਦਾਏ ਜਿਹੜੀ ਅੱਜ ਵਾਲੀ ਕਥਾ ਹੈ ਨਾ ਜੀ ਜੇ ਤੇ ਕੋਈ ਪਿਆਰ ਵਾਲਾ ਜੀ ਉਹਨੂੰ ਸਮਝਾਉਣੀ ਹੈ ਤਰਕ ਹੀ ਬੰਦੇ ਨੇ ਬਸ ਤਰਕਾਂ ਹੀ ਕਰਨੀਆਂ ਨੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਜਿਹੜੀਆਂ ਦਿਪ ਦ੍ਰਿਸ਼ਟੀ ਨਾਲ ਵਰਤਦੀਆਂ ਜੀ ਦੇਵ ਦ੍ਰਿਸ਼ਟੀ ਨਾਲ ਭਾਈ ਸੰਤੋਖ ਸਿੰਘ ਜੀ ਨੇ ਉਹ ਕਥਾ ਲਿਖੀ ਹੈ ਜਿਹੜੀ ਦਿਵ ਦ੍ਰਿਸ਼ਟੀ ਵਿੱਚ ਆਉਂਦੀ ਹੈ ਜੀ ਆਮ ਬੰਦੇ ਇਹ ਮਾਹੌਲ ਨਹੀਂ ਵੇਖ ਸਕਦੇ ਜੀ ਕੁਝ ਜਿਹੜੇ ਦ੍ਰਿਸ਼ਣ ਹੈ ਨਾ ਉਹ ਇਹਨਾਂ ਅੱਖਾਂ ਦੇ ਨਾਲ ਨਹੀਂ ਵਖਦੇ ਉਹ ਦਿਵ ਦ੍ਰਿਸ਼ਟੀ ਨਾਲ ਵਖਦੇ ਆ ਤੇ ਦਿਵ ਦ੍ਰਿਸ਼ਟੀ ਕਦੋਂ ਮਿਲਦੀ ਹੈ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਨੂੰ ਮਿਲਿਆ ਦਿਵ ਦ੍ਰਿਸ਼ਟੀ ਦੀ ਪ੍ਰਾਪਤੀ ਹੁੰਦੀ ਹੈ ਸਾ ਸੰਗਤ ਜੀ ਤੇਵਤਿਆਂ ਵਿੱਚੋਂ ਵੱਡਾ ਦੇਵਤਾ ਮੰਨਿਆ ਜਾਂਦਾ ਬ੍ਰਹਮਾ ਜੀ ਨੂੰ ਇੰਦਰ ਦੇਵਤੇ ਨੂੰ ਕਹਿੰਦੇ ਜਿੰਨੇ ਵੀ ਦੇਵਤੇ ਨੇ ਨਾ ਬ੍ਰਹਮਾ ਜੀ ਸ਼ਿਵ ਜੀ ਵਿਸ਼ਨੂੰ ਮਹੇਸ਼ ਤੇ ਇੰਦਰ ਜਿੰਨੇ ਵੀ ਦੇਵਤੇ ਨੇ ਇੱਕ ਗੋਪਤ ਰੂਪ ਵਿੱਚ ਅਸਮਾਨ ਵਿੱਚ ਆਏ ਦੀ ਸਾਸ ਸੰਗ ਹੈ ਜੀ ਜਦੋਂ ਮਹਾਰਾਜ ਜੀ ਦਾ ਸੀਸ ਉਤਰਿਆ ਜੀ ਹਾਂਜੀ ਹੀ ਰਹੈ ਅਚਰਜ ਕੋ ਤਰੈ ਹਾਂਜੀ ਮਿਲਤ ਭਏ ਸਮੁੰਦਾਏ ਉਹ ਵੇਖਦੇ ਐ ਹੈਰਾਨ ਹੁੰਦੇ ਐ ਵੀ ਮਹਾਰਾਜ ਨੇ ਕੀ ਖੇਡ ਬਣਾਈ ਉਹਨਾਂ ਦੀ ਤਲਵਾਰ ਵੀ ਆਪਣੇ ਗਲੇ ਨੂੰ ਨਹੀਂ ਲੱਗਣ ਦਿੱਤੀ ਦੇਵਤੇ ਇਕੱਠੇ ਹੋ ਕੇ ਆਪਸ ਵਿੱਚ ਫਿਰ ਇਸ ਤਰ੍ਹਾਂ ਗੱਲਾਂ ਕਰਦੇ ਐ ਅੱਖੋ ਵਾਹਿਗੁਰੂ ਵਾਹਿਗੁਰੂ ਹਾਂ ਜਉ ਪਈ ਸਿਰ ਦੇ ਹਿੰਦੂਨ ਧਰਮ ਉਬਾਰਹਿ ਚੇਤਾ ਰੱਖਿਓ ਜੇ ਕੋਈ ਤਰਕ ਕਰੇ ਵੀ ਇਹ ਇੰਦਰ ਦੀ ਗੱਲ ਇਹ ਬ੍ਰਹਮਾ ਦੀ ਗੱਲ ਇਹ ਵਿਸ਼ਨੂੰ ਦੀ ਗੱਲ ਕਿਉਂ ਕਰ ਰਹੇ ਹੋ ਚੇਤਾ ਰੱਖਿਓ ਹਰ ਰੋਜ਼ ਸਿੱਖ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦਾ ਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਦਾ ਉਹਦੇ ਵਿੱਚ ਆਉਂਦਾ ਹੈ ਵਾਹਿਗੁਰੂ ਇੰਦਰ ਦੇਵਤਾ ਵੀ ਤੁਹਾਨੂੰ ਗਾ ਰਿਹਾ ਹੈ ਗਾਵਨ ਤੁਦਨੋ ਇੰਦਰ ਇੰਦਰਾਸਨ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲ ਫਿਰ ਬ੍ਰਹਮਾ ਜੀ ਦਾ ਜ਼ਿਕਰ ਆਉਂਦਾ ਗਾਵਨ ਤੁਦਨੋ ਈਸ਼ਰ ਬ੍ਰਹਮਾ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਸਦਾ ਸਵਾਰੇ ਉਹ ਕਿੰਨੇ ਸਵਾਰੇ ਨੇ ਸਾਰੇ ਓ ਵਾਹਿਗੁਰੂ ਨੇ ਸਾਰੇ ਤੇਰੇ ਸ਼ਬਦ ਆ ਗਏ ਨਾ ਤੇਰੇ ਤੇ ਤੇਰਾ ਇੱਥੇ ਭਾਵ ਪਰਮੇਸ਼ਰ ਨਾਲ ਹੈ ਵਾਹਿਗੁਰੂ ਉਹ ਤੇਰੇ ਹੀ ਸਵਾਰੇ ਹੋਏ ਨੇ ਸਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰਿੰਦਰਾ ਆਸਣੇ ਬੈਠੇ ਦੇਵਤਿਆਂ ਦਰਨਾਂ ਜਤੇ ਸਤੇ ਬ੍ਰਹਮਚਾਰੀ ਸਾਰੇ ਮੇਰੇ ਵਾਹਿਗੁਰੂ ਨੂੰ ਹੀ ਗਾ ਰਹੇ ਨੇ ਹਾਂ ਟਾਈਮ ਲੱਗੇ ਉਂਝ ਤੇ ਕਾਲੀਆਂ ਪਈਆਂ ਰਹਿੰਦੀਆਂ ਜਦੋਂ ਆਪਾਂ ਪਾਠ ਕਰਦੇ ਆ ਨਾ ਕਾਲੀਆਂ ਪਈਆਂ ਰਹਿੰਦੀਆਂ ਵੀ ਛੇਤੀ ਛੇਤੀ ਕਰ ਲਿਓ ਛੇਤੀ ਛੇਤੀ ਕਰ ਲਿਓ ਛੇਤੀ ਛੇਤੀ ਕਰ ਲਿਓ ਪਰ ਜੇ ਕਿਤੇ ਟਾਈਮ ਹੋਵੇ ਤੇ ਆਰਾਮ ਨਾਲ ਵੀ ਕਰਕੇ ਵੇਖ ਲਿਓ ਪ੍ਰੇਮ ਨਾਲ ਕਰਕੇ ਵੇਖ ਲਿਓ ਬੜਾ ਕੁਝ ਜੇ ਗਾਵਨ ਤਦ ਨੂੰ ਜਤੀ ਸਤੀ ਸੰਤੋਖੀ ਵੱਡੇ ਵੱਡੇ ਜਤੀ ਐ ਸਤੀ ਐ ਸੰਤੋਖੀ ਐ ਕਿੰਨੂ ਗਾ ਰਹੇ ਨੇ ਵਾਹਿਗੁਰੂ ਨੂੰ ਹੀ ਗਾ ਰਹੇ ਹਨ ਰੋ ਵਿਚਾਰ ਇਸ ਪਾਸੇ ਬੜਾ ਸਮਾਂ ਲੱਗ ਜਾਣਾ ਕਹਿੰਦੇ ਦੇਵਤੇ ਇਕੱਠੇ ਹੋਏ ਜੀ ਦੇਵਤੇ ਸੁਰ ਇਕੱਠੇ ਹੋਏ ਦੇਵਤੇ ਵੀ ਆਪਸ ਵਿੱਚ ਮਿਲ ਕੇ ਇਉਂ ਬਚਨ ਕਰਦੇ ਹਨ ਸਿਰ ਦੇ Hinduਨ ਧਰਮ ਉਬਾਰ ਹੈ। ਵੇ ਮਹਾਰਾਜ ਸੱਚੇ ਪਾਤਸ਼ਾਹ ਸਿਰ ਦੇ ਕੇ Hindu ਧਰਮ ਬਚਾ ਲੈਣਗੇ ਮਹਾਰਾਜ। ਹਾਂਜੀ ਤੁਰਕ ਰਾਜ ਦੀ ਜੜਾਂ ਉਖਾਰਨ। ਮਹਾਰਾਜ ਨੇ ਇਹਨਾਂ ਦੁਸ਼ਟਾਂ ਦੀਆਂ ਭਾਵ ਤੁਰਕ ਰਾਜ ਦੀ ਜੜਾਂ ਪੁੱਟ ਜੜਾਂ ਪੁੱਟ ਦੇਣਗੇ ਮਹਾਰਾਜ। ਵੇਖੋ ਗੱਲ ਤੇ ਉਰੋਂ ਹੀ ਬਣਦੀ ਹੈ। ਜਦੋਂ ਜੜ ਪੁੱਟੀ ਜਾਵੇ ਜੀ ਆਖੋ ਵਾਹਿਗੁਰੂ ਵਾਹਿਗੁਰੂ ਜੜ ਪੁੱਟੀ ਜਾਵੇ ਗੱਲ ਬਣਦੀ ਚ ਜੜ ਹੋਵੇ ਉਤੋਂ ਵੱਢ ਦਿਓ ਸਮੇਂ ਨਾਲ ਕੰਮ ਫੇਰ ਪੁੰਗਰ ਪੈਂਦਾ ਹੈ ਜੀ ਮਾਰਾ ਨੇ ਜੜ ਵੱਡੀ ਹੈ ਮੁਰ ਇਸ ਦੇਸ਼ ਦੇ ਵਿੱਚ ਤੁਰਕਾਂ ਦਾ ਰਾਜ ਨਹੀਂ ਹੋਇਆ ਸਾਸ ਸੰਗਤ ਦੇ ਦੇਵਤੇ ਕਹਿ ਰਹੇ ਹੈ ਕਹਿੰਦੇ ਮਹਾਰਾਜ ਤੁਰਕਾਂ ਦੀ ਜੜ ਪੋਟ ਦੇਣਗੇ ਵੱਡ ਉਤਸ਼ਾਹ ਕਰਤ ਸਭ ਆਏ ਸਾਰੇ ਦੇਵਤੇ ਉਤਸ਼ਾਹ ਕਰਦੇ ਹੋਏ ਆਏ ਹਨ ਜੈ ਗੁਰ ਜੈ ਗੁਰਮੁਖੋ ਅਲਾਏ ਦੇਵਤੇ ਵੀ ਕਹਿ ਰਹੇ ਹੈ ਗੁਰ ਸਿੱਖੋ ਲੋਕ ਬ੍ਰਹਮਾ ਜੀ ਨੂੰ ਮੰਨਦੇ ਹੈ ਇਥੇ ਬ੍ਰਹਮਾ ਜੀ ਵੀ ਕਹਿ ਰਹੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਤੁਹਾਡੀ ਜੈ ਹੋਵੇ ਤੁਹਾਡੀ ਜੈ ਹੋਵੇ ਧੰਨ ਗੁਰੂ ਤੁਮ ਬਿਨ ਅਸ ਕਾਜੂ ਜਦੋਂ ਮਹਾਰਾਜ ਜੀ ਨੇ ਸੀਸ ਵਖ ਕਰ ਲਿਆ ਨਾ ਸੀਸ ਦੇ ਦਿੱਤਾ ਤੇ ਦੇਵਤੇ ਉੱਤੇ ਹੱਥ ਜੋੜ ਕੇ ਕਹਿੰਦੇ ਧੰਨ ਸੱਚੇ ਪਾਤਸ਼ਾਹ ਧੰਨ ਗੁਰੂ ਜੀ ਤੁਹਾਡੇ ਤੋਂ ਬਿਗੈਰ ਇਹ ਕੰਮ ਹੋਰ ਕੌਣ ਕਰ ਸਕਦਾ ਜੀ ਦੇਵਤੇ ਕਹਿ ਰਹੇ ਨੇ ਹਾਂਜੀ ਅਪਰ ਕਰਹ ਕੋ ਦਿਖੀ ਐ ਨਾ ਅਜੂ ਹੋਰ ਕੋਈ ਵਿਖਦਾ ਹੀ ਨਹੀਂ ਐ ਜਿਹੜਾ ਇਹ ਕੰਮ ਕਰ ਸਕੇ ਹੋਰ ਕੋਈ ਨਹੀਂ ਦਿਸਦਾ Hindu ਧਰਮ ਜਗ ਲਿਓ ਬਚਾਏ ਕਹਿਣ ਲੱਗੇ ਮਹਾਰਾਜ ਤੁਸੀਂ ਧੰਨ ਤੁਸੀਂ Hindu ਧਰਮ ਨੂੰ ਬਚਾ ਲਿਆ ਆਖੋ ਵਾਹਿਗੁਰੂ ਵਾਹਿਗੁਰੂ ਮਹਾਰਾਜ ਤੁਸੀਂ Hindu ਧਰਮ ਬਚਾ ਲਿਆ ਕੋਈ ਜੋ ਮਰਦੀ ਆਖੇ ਸੱਚੇ Hindu ਇਮਾਨਦਾਰ Hindu ਗੁਰੂ ਘਰ ਦੇ ਪ੍ਰੇਮੀ ਸਿੱਖ ਨੇ ਤੇ ਸਾਧ ਸੰਗਤ यो ਅੱਜ ਵੀ ਗੁਰੂ ਘਰ ਨਸ਼ਰਦਾ ਰੱਖਦੇ ਆ। ਹਾਂਜੀ। ਉਹ ਤੁਹਾਡਾ ਕੀ ਨਾਮ ਹੈ? ਹਾਂ ਹਾਂ। ਰਾਜਕੁਮਾਰ, ਰਾਜਕੁਮਾਰ। ਰਾਜਕੁਮਾਰ। ਇਹ ਕਈ ਸਾਲਾਂ ਦੇ ਬਹਿ ਕੇ ਕਥਾ ਸੁਣਦੇ ਵੀ ਇੱਥੇ ਜੀ। ਤੇ ਰਾਜਕੁਮਾਰ ਜੀ ਹਿੰਦੂਆਂ ਦਾ ਨਾਮ ਹੈਗਾ ਜੀ। ਹਾਂਜੀ। ਤੇ ਤੁਸੀਂ ਸਾਬ ਲਾ ਲੋ ਕਿ ਸੱਚਾ Hindu ਜਿਹੜਾ ਉਹ ਕਦੀ ਨਫ਼ਰਤ ਨਹੀਂ ਕਰਦਾ ਜੀ ਉਹ ਗੁਰੂ ਘਰ ਆਉਂਦੇ ਆ ਮੈਂ ਬੜੇ ਚਿਰ ਤੋਂ ਇਹਨਾਂ ਦੇ ਦਰਸ਼ਨ ਕਰਦਾ ਤੇ ਬੜੇ ਨਿਜਮਨਾ ਆਉਂਦੇ ਆ ਇੱਥੇ ਹੀ ਬਹਿੰਦੇ ਆ ਬੜੀ ਗੋਵਨਾ ਕਥਾ ਸੁਣਦੇ ਆ ਜੀ ਇਹ ਤਾਂ ਫਿਰਕਾ ਪ੍ਰਸਤੂ ਲੋਕਾਂ ਨੇ ਇਹ ਕੰਮ ਕੀਤਾ ਸਤਸੰਗਤ ਜੀ ਚੰਗੇ ਇਮਾਨਦਾਰ ਲੋਕ ਥੋੜੀ ਇੰਜ ਕਰਦੇ ਆ ਪਹਿਲੇ ਸਮੇਂ ਵਿੱਚ ਮੈਨੂੰ ਮਾਫ ਕਰਿਓ Hindu ਮੰਦਰਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਸੀਗਾ ਜੀ। ਸਿਆਣੇ ਬੰਦੇ ਸਮੇਂ ਦੀ ਕਟੜਤਾ ਹੀ ਨੇ ਸਭ ਕੁਝ ਖਤਮ ਕਰਕੇ ਰੱਖ ਤਾ ਜੀ। ਸਮੇਂ ਦੀ ਕਟੜਤਾ ਇੰਨੀ ਜ਼ਿਆਦਾ ਵੱਧ ਗਈ ਵੀ ਰਹਿਣ ਕੱਖ ਨਹੀਂ ਦਿੱਤਾ ਇਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਦੇਵਤੇ ਕਹਿ ਰਹੇ ਕਹਿੰਦੇ ਇਹਨਾਂ ਤੋਂ ਬਗੈਰ ਦੂਜਾ ਵਿਖਦਾ ਹੀ ਸਾਨੂੰ ਕੋਈ ਨਹੀਂ ਹਾਂਜੀ ਸਭ ਸੁਰਗਨ ਕੀ ਕੀਨ ਸਹਾਏ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਮਾ ਵਿੱਚ ਦੇਵਤੇ ਕਹਿੰਦੇ ਕੱਲਾ ਹਿੰਦੂ ਧਰਮ ਹੀ ਨਹੀਂ ਬਚਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਦੇਵਤੇ ਵੀ ਬਚਾ ਲੇ ਕਹਿਣ ਲੱਗੇ ਹਾਂ ਕਹਣ ਲੱਗੇ ਨਾ ਤੇ ਦੇਵਤਿਆਂ ਦੀ ਮਦਦ ਕੀਤੀ ਆ ਦੇਵਤਿਆਂ ਦੀ ਹਾਂਜੀ ਜੇ ਜੱਗ ਵਿਖੇ ਨਾ Hindu ਰਹਤੇ ਕਿਉਂ ਔਰੰਗਜ਼ੇਬ ਨੇ Hindu ਰਹਿਣ ਨਹੀਂ ਸੀ ਦੇਣਾ ਕੋਈ ਸਭ ਮੁਸਲਮਾਨ ਬਣਾਉਣੇ ਸੀ ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੇ ਸੱਚੀ ਗੱਲ ਹੈ ਅੱਜ Hindu ਵੀਰ ਇੱਕ ਸੁਪਨਾ ਬਣ ਕੇ ਰਹਿ ਜਾਣਾ ਸੀਗਾ ਜੀ ਦੇਵਤੇ ਕਹਿ ਰਹੇ ਕਹਿੰਦੇ ਜੇ जग ਵਿਖੇ ਨਾ ਹਿੰਦੂ ਰਹਤੇ ਜੇ ਜਗਤ ਵਿੱਚ ਹਿੰਦੂ ਨਾ ਰਹਿੰਦੇ ਹਾਂਜੀ ਸੁਰ ਹਿੱਤ ਹਮਨ ਕੌਣ ਨਿਰਬਹਤੇ ਤਾਂ ਦੇਵਤਿਆਂ ਦੇ ਹਮਨ ਕਿੰਨਾ ਨੇ ਕਰਨੇ ਸੀਗੇ ਦੇਵਤਿਆਂ ਦੇ ਹਮਨ ਕਿੰਨਾ ਨੇ ਕਰਨੇ ਸੀਗੇ ਹਾਂਜੀ ਵਿਆਹ ਆਦ ਤਿਸ ਮੈਂ ਜੋ ਕਰਾਂ ਮੇ ਜਦੋਂ ਵਿਆਹ ਹੁੰਦਾ ਉਦੋਂ ਵੀ ਇਹ ਹਮਨ ਕਰਦੇ ਹਨ ਸੋ ਆਹਾਰ ਹਮਰੇ ਮੁਖ ਪਰ ਹਮਨ ਕਰਦੇ ਐ ਸਾਡੀ ਪੂਜਾ ਪ੍ਰਤੀਸ਼ਠਾ ਕਰਦੇ ਐ ਵਿੱਚ ਸਮਗਰੀ ਪਾਉਂਦੇ ਐ ਭੇਟ ਕਰਦੇ ਐ ਉਹ ਆਹਾਰ ਸਾਡੇ ਮੁਖ ਵਿੱਚ ਪੈਂਦਾ ਜੇ ਗੁਰੂ ਤੇਗ ਬਹਾਦਰ ਸਾਹਿਬ ਨਾ ਹੁੰਦੇ ਤੇ ਸਭ ਕੁਝ ਕਿਵੇਂ ਹੋਣਾ ਸੀਗਾ ਜੀ ਛਾਏ ਜਾਤੀ ਇਕ ਤਾਂ ਅਨੇਕ ਤਾਂ ਬਿਲਾਏ ਜਾਤੀ ਹੋਵਤੀ ਕੁਚੀਲ ਤੱਕ ਤਿਬਨ ਕੁਰਾਨ ਕੀ ਪਾਪ ਹੀ ਪਰਪੱਕ ਜਾਤੇ ਧਰਮ ਤਸਕ ਜਾਤੇ ਬਰਨਗ ਰਕ ਜਾਤੇ ਸਾਹਿਤ ਵਿਧਾਨ ਕੀ ਦੇਵੀ ਦੇਵ ਦੇ ਹੋਰਾ ਸੰਤੋਖ ਸਿੰਘਾ ਦੂਰ ਹੋਤੇ ਦੇਵੀ ਦੇਵ ਅੱਜ ਇਸ ਹਿੰਦੁਸਤਾਨ ਵਿੱਚ ਦੇਵੀਆਂ ਦੇ ਵੀ ਮੰਦਰ ਹੈ ਤੇ ਦੇਵਤਿਆਂ ਦੇ ਵੀ ਮੰਦਰ ਹੈਗੇ ਜੀ ਵੱਖ-ਵੱਖ ਮੰਦਰ ਹੈਗੇ ਜੀ ਹਾਂਜੀ ਜਦੋਂ ਸ੍ਰੀ ਨੰਦਪੁਰ ਸਾਹਿਬ ਬਾਜਾਂ ਵਾਲੇ ਪਿਤਾ ਬਾਪੂ ਜੀ ਦੇ ਦਰਸ਼ਨ ਕਰਨ ਜਾਈਏ ਤੇ ਸਾਹਮਣੇ ਉੱਚੀ ਪਹਾੜੀ ਤੇ ਦੇਵੀ ਦਾ ਮੰਦਿਰ ਹੈਗਾ ਦੇਵੀ ਦਾ ਜੀ ਨੈਣਾ ਦੇਵੀ ਦਾ ਜੀ ਉਹ ਮੰਦਿਰ ਨਹੀਂ ਸੀ ਉੜਾ ਜੀ ਦੇਵਤਿਆਂ ਦੇ ਮੰਦਿਰ ਨੇ ਵੱਖੋ ਵੱਖਰੇ ਆਪਣੇ ਲਾਗੇ ਸ਼ਿਵ ਜੀ ਦਾ ਕਿੱਡਾ ਵੱਡਾ ਮੰਦਿਰ ਹੈ ਜੀ ਸ਼ਿਵਾਲਾ ਦੇਵੀ ਦੇਵ ਦੇਹਰਾ ਦੇਹਰਾ ਕਹਿੰਦੇ ਮੰਦਰ ਤੋਂ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਂਦੀ ਕਥਾ ਵਿਦਨ ਪੁਰਾਨ ਕੀ ਵੇਦ ਪੁਰਾਣਾ ਦੀ ਰੀਤ ਹੀ ਮਿਟ ਜਾਣੀ ਸੀਗੀ ਕਿਉਂ ਕਿਉਂਕਿ ਔਰੰਗਜ਼ੇਬ ਨੇ ਤਹਈਆ ਕਰ ਲਿਆ ਸੀ ਇਹ ਤਾਂ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਨੇ ਆਪਣਾ ਪਿਤਾ ਤੋੜਿਆ ਜੀ ਦੇਵੀ ਦੇਵ ਦੇਹਰਾ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨ ਹੋਤੀ ਜੋ ਪੈ ਕਰੁਣਾ ਨਿਧਾਨ ਕੀ ਆਖੋ ਵਾਹਿਗੁਰੂ ਵਾਹਿਗੁਰੂ ਇਸ ਕਰਕੇ ਸਾਧ ਸੰਗਤ ਦੀ ਦੇਵਤੇ ਵੀ ਕਹਿ ਰਹੇ ਨੇ ਕਹਿੰਦੇ ਮਹਾਰਾਜ ਨੇ ਕਿਰਪਾ ਕੀਤੀ ਸਾਡੀ ਵੀ ਮਦਦ ਕੀਤੀ ਸਤਿਗੁਰੂ ਜੀ ਨੇ ਕਾਜ ਅਨਿਕਮੈ ਹਮਨ ਕਰੰਤੇ ਸੋ ਸੁਰਗਨ ਕੋ ਤ੍ਰਿਪਤ ਤਰੰਤੇ ਜਾਂਤੇ ਹਿੰਦੂ ਗਨ ਅਰ ਦੇਵ ਰੱਖਣ ਕਰੇ ਪ੍ਰਭੂ ਗੁਰਦੇਵ ਇਸ ਕਰਕੇ ਦੇਵਤੇ ਇਕੱਠੇ ਹੋ ਕੇ ਕਹਿ ਰਹੇ ਨੇ ਵੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੱਲੇ ਹਿੰਦੂ ਨਹੀਂ ਬਚਾਏ ਦੇਵਤੇ ਵੀ ਬਚਾ ਲਏ ਨੇ ਵਖੋ ਅੱਜ ਪੂਜਾ ਹੋ ਰਹੀ ਆ ਜੀ ਗੁਰੂ ਘਰ ਬੜਾ ਹੀ ਵੱਡਾ ਆ ਜੀ ਇੱਥੇ ਕਿਸੇ ਨਾਲ ਨਫ਼ਰਤ ਨਹੀਂ ਸਿਖਾਈ ਜਾਂਦੀ ਜੇ ਇੱਥੇ ਆ ਕੇ ਵੀ ਨਫ਼ਰਤ ਸਿਖਾਉਣੀ ਹੈ ਤੇ ਫਿਰ ਇਹਨੂੰ ਗੁਰੂ ਘਰ ਕੌਣ ਆਖੇਗਾ ਜੀ بڑے بڑے ਮੰਦਰ ਨੇ ਦੇਵਤੇ ਵੀ ਬਚੇ ਆ ਕਿੰਨੇ ਪੂਜਾ ਕਰਨੀ ਸੀ ਹਾਂਜੀ ਏਮ ਆਪਸ ਮੈਂ ਕਹ ਸੁਰਸਾਰੇ ਰੁਚਰ ਬਿਮਾਨ ਲਿਆਏ ਤਿਸ ਵਾਰੇ ਇਹ ਵਿਚਾਰ ਕੀਤੀ ਦੇਵਤਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਬਚਾ ਲਿਆ ਵਾਹਿਗੁਰੂ ਵਾਹਿਗੁਰੂ ਸਾਨੂੰ ਵੀ ਕਹਿੰਦੇ ਸਤਿਕਾਰ ਕਰਨਾ ਚਾਹੀਦਾ ਤੇ ਸਾਰੇ ਦੇਵਤੇ ਆਪਸ ਵਿੱਚ ਇਹ ਵਿਚਾਰ ਕਰਕੇ ਬਹੁਤ ਸੋਹਣਾ ਵਿਬਾਨ ਲੈ ਕੇ ਆਏ ਜੀ ਇੱਕ ਪਾਲਕੀ ਕਹਿ ਲੋ ਵਿਬਾਨ ਕਹਿ ਲੋ ਰੱਥ ਕਹਿ ਲੋ ਹਾਂਜੀ ਮਣ ਗਨ ਖਚਤ ਸੁਮੁਕਤਾ ਲਰੀ ਜਿਹਦੇ ਜਿੰਨੂੰ ਮਣੀਆਂ ਲੱਗੀਆਂ ਸੀ ਮੋਤੀ ਲੱਗੇ ਸਨ ਹੀਰੇ ਲੱਗੇ ਸਨ ਚੱਲਰ ਲਰਕਤ ਚੌਂਦਿਸ਼ ਖਰੀ ਐਨ ਸੋਹਣੀਆਂ ਚੱਲਰਾਂ ਲਗੀਆਂ ਚਮ ਚਮ ਕਰਦਾ ਉਹ ਵਿਵਾਨ ਲੈ ਕੇ ਆਏ ਜੀ ਕੌਣ ਬ੍ਰਹਮਾ ਜੀ ਸ਼ੈਵ ਜੀ ਇੰਦਰ ਦੇਵਤਾ ਵਿਸ਼ਨੂੰ ਦੇਵਤਾ ਸਾਰੇ ਦੇਵਤੇ ਸਤਿਗੁਰੂ ਜੀ ਦੇ ਵਾਸਤੇ ਵਿਵਾਨ ਲੈ ਕੇ ਆਏ ਜੀ ਕਲਯੁਗ ਪ੍ਰਮਾਣ ਨਾਨਕ ਗੁਰ ਹਾਂਜੀ ਮਹਾ ਪ੍ਰਕਾਸ਼ ਗगन ਮੈਂ ਹੋਵਾ ਕਹਿਣ ਲੱਗੇ ਫਿਰ ਉਸ ਸਮੇਂ ਦੁਨੀਆਂ ਨੂੰ ਤਾਂ ਇਉਂ ਲੱਗਾ ਵੀ ਆਕਾਸ਼ ਲਾਲ ਹੋ ਗਿਆ ਧਰਤੀ ਤੇ ਮਾੜਾ ਕੰਮ ਹੋਇਆ ਪਰ ਇੱਕ ਦਮ ਸੋਹਣਾ ਪ੍ਰਕਾਸ਼ ਵੀ ਹੋਇਆ ਜੀ ਹਾਂਜੀ ਸ਼ੁੱਧ ਆਤਮਾ ਕਿਨਹੂੰ ਜੋਵਾ ਪਰ ਪ੍ਰਕਾਸ਼ ਜਿਹੜਾ ਹੋਇਆ ਨਾ ਉਹ ਕਿਸੇ ਕਿਸੇ ਵਿਰਲੇ ਸ਼ੁੱਧ ਆਤਮਾ ਨੂੰ ਦਿਖਿਆ ਆਖੋ ਵਾਹਿਗੁਰੂ ਵਾਹਿਗੁਰੂ ਇਹੋ ਜੀਆਂ ਚੀਜ਼ਾਂ ਸਭ ਨੂੰ ਥੋੜੀ ਨਜ਼ਰ ਆਉਂਦੀਆਂ ਜੀ ਉਹ ਵਿਰਲਿਆਂ ਵਿਰਲਿਆਂ ਨੂੰ ਹੀ ਆਉਂਦੀਆਂ ਜਿਵੇਂ ਮਸਕੀਨ ਦੀ ਕਹਿੰਦੇ ਸੀ ਨਾ ਕਹਿੰਦੇ ਇੱਕ ਸਿੰਘ ਕਹਿੰਦਾ ਸੀ ਵੀ ਮਸਕੀਨ ਦੀ ਟਾਡੇ ਮਗਰ ਬਹਿ ਕੇ ਕੋਈ ਕਥਾ ਸੁਣਦਾ ਹੈ ਤੇ ਸਟੇਜ ਤੇ ਤੇ ਕੋਈ ਵੀ ਨਹੀਂ ਸੀ ਹੁੰਦਾ ਸ਼ੋਧਾ ਆਤਮਾ ਹੋਏਗੀ ਉਹ ਸ਼ੋਧਾ ਆਤਮਾ ਕਹਿੰਦੇ ਸ਼ੁੱਧ ਆਤਮਾ ਨੂੰ ਉਹ ਪ੍ਰਕਾਸ਼ ਵਿਖਿਆ ਹੈ ਚੜ੍ਹ ਵਿਵਾਨ ਮੈਂ ਗੁਰੂ ਬਿਰਾਜੇ ਹੁਣ ਗੁਰੂ ਸਾਹਿਬ ਜੀ ਦਾ ਸੂਖਸ਼ਮ ਰੂਪ ਸਰੀਰਤਾ ਉੱਥੇ ਪਿਆ ਸੇਸ ਸੱਚੇ ਪਾਤਸ਼ਾਹ ਜੀ ਦਾ ਭਾਈ ਜੈਤਾ ਜੀ ਲੱਗੇ ਨੇ ਧੜ ਉੱਥੇ ਪਿਆ ਚੌਂਕ ਵਿੱਚ ਪਰ ਸੂਖਸ਼ਮ ਸ਼ਰੀਰ ਜਿਹਨੂੰ ਆਤਮ ਰੂਪ ਕਹਿੰਨੇ ਆਪਾਂ ਉਹ ਸੂਖਸ਼ਮ ਰੂਪ ਜਿਹੜਾ ਨਾ ਉਹ ਸੱਚੇ ਪਾਤਸ਼ਾਹ ਜੀ ਦਾ ਉਹ ਰੂਪ ਗੁਰੂ ਸਾਹਿਬ ਜੀ ਦਾ ਮਹਾਰਾਜ ਵਿਬਾਨ ਵਿੱਚ ਬੈਠ ਗਏ ਜੀ ਜਿਹੜਾ ਵਿਬਾਨ ਦੇਵਤਿਆਂ ਨੇ ਆਪਣੇ ਮੋਢਿਆਂ ਤੇ ਚੁੱਕਿਆ ਹੋਇਆ ਜੀ ਹਾਂ ਚਾਹ ਹੁੰਦਿਸ਼ ਹਵਾਕਰ ਦੇਵ ਸਮਾਜੇ ਚਾਰੇ ਪਾਸੇ ਦੇਵਤੇ ਹੀ ਦੇਵਤੇ ਨੇ ਜੀ ਜਿਵੇਂ ਗੁਰੂ ਰਾਮਦਾਸ ਦੀ ਜਾਂਦੇ ਨਾ ਸਵੇਰੇ ਸ਼ਾਮ ਪਾਲਕੀ ਸਾਹਿਬ ਚ ਤੇ ਸਿੱਖ ਹੀ ਸਿੱਖ ਹੁੰਦੇ ਚਾਰੇ ਪਾਸੇ ਇੰਜ ਗੁਰੂ ਤੇਗ ਬਹਾਦਰ ਸਾਹਿਬ ਵਿਬਾਨ ਵਿੱਚ ਬੈਠੇ ਨੇ ਤੇ ਦੇਵਤੇ ਹੀ ਦੇਵਤੇ ਨੇ ਚਾਰੇ ਪਾਸੇ ਕਰਤ ਪ੍ਰਸ਼ੰਸਾ ਅਨਿਕ ਪ੍ਰਕਾਰ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਨਹੀਂ ਕਈ ਤਰ੍ਹਾਂ ਨਾਲ ਸਤਿਗੁਰੂ ਜੀ ਦੀ ਵਡਿਆਈ ਸ਼ੋਭਾ ਕਰ ਰਹੇ ਹਨ ਸ੍ਰੀ ਗੁਰ ਤੁਮਰੇ ਚਰਿਤ ਅਪਾਰਾ ਪਤਾ ਕੀ ਕਹਿੰਦੇ ਆ ਸੱਚੇ ਪਾਤਸ਼ਾਹ ਤੁਹਾਡੇ ਚਰਿੱਤਰ ਅਪਾਰ ਨੇ ਅਪਾਰ ਆਖੋ ਵਾਹਿਗੁਰੂ ਵਾਹਿਗੁਰੂ ਕੋਈ ਕਥ ਨਹੀਂ ਸਕਦਾ ਕੋਈ ਪਾਰਾ ਵਾਰ ਨਹੀਂ ਪਾਇਆ ਪਾ ਸਕਦਾ ਨਹਿ ਕੋ ਜਾਣੈ ਭੇਵ ਉਦਾਰੇ ਗੁਣ ਗੰਨ ਧਰ ਹੋ ਵਾਰ ਨਾ ਪਾਰੇ ਦੇਵਤੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਸਤਿਗੁਰੂ ਜੀ ਤੁਹਾਡੇ ਗੁਣਾਂ ਦਾ ਕੋਈ ਪਾਰਾ ਮਾਰ ਨਹੀਂ ਪਾ ਸਕਦਾ ਕੋਈ ਗੁਣ ਪੂਰੇ ਨਹੀਂ ਕਹਿ ਸਕਦਾ ਜਬ ਹੈ ਮਰਜਾਦਾ ਜਗ ਬਿਗਰਹਿ ਮਹਿ ਕੋ ਜਾਣੈ ਭੇਵ ਉਦਾਰੇ ਕਿੰਨੇ ਕੁ ਗੁਣ ਨੇ ਕੋਈ ਕਿੰਨਾ ਵੀ ਸਿਆਣਾ ਹੋਵੇ ਦੇਵਤੇ ਕਹਿੰਦੇ ਮਹਾਰਾਜ ਤੁਹਾਡਾ ਭੇਦ ਨਹੀਂ ਪਾ ਸਕਦਾ ਜੀ ਵੇਖੋ ਸਾਰੇ ਸਤਿਗੁਰੂ ਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਵਿੱਚ ਮੰਨਣਾ ਪਾ ਲਈ ਅੱਜ ਕੁਦਰਤੀ ਇੱਕ ਪੰਕਤੀ ਪੜ੍ਹ ਰਿਆ ਸਾਂ ਤੇ ਮਨ 'ਚ ਪੰਕਤੀ ਆਈ ਵੀ ਗੁਰ ਅਮਰਦਾਸ ਕੀ ਅਕਾਥ ਕਥਾ ਹੈ ਉਹ ਕਥਾ ਜਿਹੜੀ ਕਥੀ ਨਹੀਂ ਜਾ ਸਕਦੀ ਜੀ ਸਤਿਗੁਰੂ ਦੀ ਕਥਾ ਹ ਬੋਲੀ ਨਹੀਂ ਜਾ ਸਕਦੀ ਹੁਣ ਕਥਾ ਲਿਖ ਕੇ ਵੀ ਦਿੱਤੀ ਜਾਂਦੀ ਹੈ ਲਿਖਣ ਵਾਲੇ ਲਿਖ ਲਿਖ ਕੇ ਥੱਕ ਜਾਣਗੇ ਪਰ ਪਿਆਰਿਓ ਸਤਿਗੁਰੂ ਦੀ ਕਥਾ ਨਾ ਲਿਖੀ ਜਾ ਸਕਦੀ ਹੈ ਨਾ ਬੋਲੀ ਜਾ ਸਕਦੀ ਹੈ ਤੇ ਨਾ ਹੀ ਸਾਰੀ ਸੁਣੀ ਜਾ ਸਕਦੀ ਹੈ ਜੀ ਸੁਣੀ ਵੀ ਨਹੀਂ ਜਾ ਸਕਦੀ ਦੇਵ ਤੇ ਮਹਾਰਾਜ ਜੀ ਦੀ ਵਡਿਆਈ ਕਰਦੇ ਹਨ ਗੋਣ ਗਨ ਧਰੋ ਵਾਰ ਨਾ ਪਾਰੇ ਸੱਚੇ ਪਾਤਸ਼ਾਹ ਤੁਹਾਡੇ ਚ ਕਿੰਨੇ ਕੁ ਗੁਣ ਨੇ ਮਹਾਰਾਜ ਪਰਿਵਾਰ ਨਹੀਂ ਹੈ ਜਬ ਹੈ ਮਰਜਾਦਾ ਜਗ ਬਿਗਰ ਹੈ ਤੇ ਦੇਵਤੇ ਨਾਲ-ਨਾਲ ਬੋਲ ਰਹੇ ਨੇ हे ਮਹਾਰਾਜ ਜਦੋਂ ਇਸ ਜਗਤ ਵਿੱਚ ਕੋਈ ਮਰਿਆਦਾ ਨੂੰ ਵਿਗਾੜ ਦਿੰਦਾ ਹੈ ਹਾਂਜੀ ਤਬ ਤੁਮਰੇ ਅਵਤਾਰ ਸੋ ਹੋਐ ਤੇ ਫਿਰ ਤੁਸੀਂ ਅਵਤਾਰ ਲੈਂਦੇ ਹੋ ਆਖੋ ਵਾਹਿਗੁਰੂ ਵਾਹ ਕਲ ਯੁਗ ਨੇ ਸਾਰੀ ਮਰਿਆਦਾ ਵਿਗਾੜੀ ਪਈ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਅਵਤਾਰ ਧਾਰਿਆ ਜੀ ਹਾਂਜੀ ਕੁਸ਼ ਅਚਰਜ ਇਹੋ ਨਹੀਂ ਤੁਮਾਰੇ ਉਹ ਦੇਵਤੇ ਕਹਿ ਰਹੇ ਨੇ ਮਹਾਰਾਜ ਤੁਹਾਡੇ ਵਾਸਤੇ ਇਹ ਕੋਈ ਨਵੀਂ ਗੱਲ ਨਹੀਂ ਐ ਧਰੋ ਧਰਮ ਕੀ ਨਿਤ ਪ੍ਰਤਪਾਰੇ ਤੁਸੀਂ ਸਦਾ ਧਰਮ ਦੀ ਪ੍ਰਤਪਾਲਣਾ ਕਰਦੇ ਹੋ ਜਿਵੇਂ ਇੱਕ ਸੰਤਾਨ ਨੂੰ ਬਾਪ ਪਾਲਦਾ ਜੀ ਓਵੇਂ ਸਤਿਗੁਰੂ ਧਰਮ ਨੂੰ ਪਾਲਦੇ ਹਨ ਔਖੋ ਵਾਹਿਗੁਰੂ ਹਾਂਜੀ ਜੇਕਰ ਧਰਮ ਬਿਨਾਸ਼ੀ ਹੋਏ ਤੇ ਜੇ ਇਸ ਦੁਨੀਆ ਵਿੱਚੋਂ ਮਹਾਰਾਜ ਧਰਮ ਹੀ ਨਾਸ਼ ਹੋ ਜਾਵੇ ਧਰਮ ਹੀ ਨਾ ਰਵੇ ਹਮ ਸਮੇਤ ਜਗ ਰਹੇ ਨਾ ਕੋਈ ਤੇ ਸੱਚੇ ਪਾਤਸ਼ਾਹ ਫਿਰ ਦੇਵਤੇ ਵੀ ਦੁਨੀਆ ਵਿੱਚ ਨਹੀਂ ਰਹਿਣੇ ਆਖੋ ਵਾਹਿਗੁਰੂ ਵਾਹ ਦੇਵਤੇ ਕਹ ਰਹੇ ਮਹਾਰਾਜ ਜੇ ਧਰਮ ਹੀ ਨਾ ਨਾ ਰਿਹਾ ਤੇ ਫਿਰ ਦੇਵਤੇ ਵੀ ਕਿੱਥੋਂ ਰਹਿਣਗੇ ਹਾਂਜੀ ਪ੍ਰਥਮ ਕਰਹੁ ਉਤਪਤ ਸਭ ਕੇਰੀ ਹਾਂਜੀ ਪੁੰਨ ਪ੍ਰਤਪਾਲਾ ਚਹੋ ਬਡੇਰੀ ਹੁਣ ਇਹ ਦੇਵਤੇ ਗੁਰੂ ਸਾਹਿਬ ਜੀ ਦੀ ਵਡਿਆਈ ਕਰ ਰਹੇ ਐ ਮੈਨੂੰ ਮਾਫ ਕਰਿਓ ਆਪਾਂ ਜਿਹਨੂੰ ਮਰਦੀ ਮਾੜਾ ਕਹਿ ਦਿੰਨੇ ਆ ਪਰ ਮੈਂ ਕਹਿਣਾ ਸਾਡੇ ਨਾਲੋਂ ਦੇਵਤੇ ਚੰਗੇ ਨੇ ਜੀ ਪਤਾ ਕਿਉਂ ਜੀ ਉਹ ਗੁਰੂ ਸਾਹਿਬ ਜੀ ਨੂੰ ਅਕਾਲ ਪੁਰਖ ਸਮਝ ਕੇ ਸਤਗੁਰੂ ਜੀ ਦੀ ਸ਼ੋਭਾ ਕਰਦੇ ਨੇ ਅਕਾਲ ਪੁਰਖ ਸਮਝ ਕੇ ਤੇ ਸਾਡੇ ਵੀਰ ਕਹਿ ਦਿੰਦੇ ਵੀ ਗੁਰੂ ਤੇ ਵਿਅਕਤੀ ਹੈ ਆਕੋ ਵਾਹਿਗੁਰੂ ਵਾਹਿਗੁਰੂ ਕਥਾ ਕਰਦੇ ਨਾ ਜਦੋਂ ਗੁਰ ਵਿਅਕਤੀ ਸ਼ਬਦ ਵਰਤਦੇ ਗੁਰ ਵਿਅਕਤੀ ਦੇਵਤੇ ਨਵੇਂ ਪਾਸ਼ਾ ਦੀ ਵਡਿਆਈ ਕਰਦੇ ਕਹਿੰਦੇ ਮਹਾਰਾਜ ਇਸ ਜਗਤ ਦੀ ਪਲ ਪੈਦਾਇਸ਼ ਤੁਸਾਂ ਕੀਤੀ ਫਿਰ ਮਹਾਰਾਜ ਪਾਲਣਾ ਵੀ ਤੁਸੀਂ ਕਰਦੇ ਹੋ ਪਹਿਲਾਂ ਪੈਦਾਇਸ਼ ਕਰਦੇ ਹੋ ਫਿਰ ਪਾਲਣਾ ਕਰਦੇ ਹੋ ਬੇਮਰਜ਼ਾਦ ਕਰੈ ਤੇ ਮਾਰੋ ਤੇ ਜੇ ਇਸ ਜਗਤ ਵਿੱਚ ਕੋਈ ਬੇਮਰਿਆ ਦਾ ਦੁਸ਼ਟ ਆ ਜਾਵੇ ਮਹਾਰਾਜ ਉਹਨੂੰ ਮਾਰਦੇ ਵੀ ਤੁਸੀਂ ਆ ਹੀ ਹੋ ਤੁਸੀਂ ਹੋ ਹਾਂਜੀ ਸਦਾ ਹੋਤ ਸਭ ਕੇ ਰਖਵਾਰੋ ਤੇ ਸਦਾ ਸਾਰਿਆਂ ਦੇ ਮਹਾਰਾਜ ਤੁਸੀਂ ਰੱਖੇ ਹੋ ਗੁਰਮਖੋ ਸਤਗੁਰੂ ਜੀ ਬੰਦਿਆਂ ਦੇ ਵੀ ਰਾਖੇ ਨੇ ਸਤਗੁਰੂ ਜੀ ਦੇਵਤਿਆਂ ਦੇ ਵੀ ਰਾਖੇ ਹਨ ਜੀ ਦੇਵਤੇ ਕਹਿ ਰਹੇ ਨੇ ਦਸਵੇਂ ਪਾਤਸ਼ਾਹ ਕਹਿੰਦੇ ਨੇ ਜੈ 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 ਸੁਰ ਲੋਕ ਸੁਰ ਲੋਕ ਜੈਜਕਾਰ ਕਰ ਰਹੇ ਨੇ ਉਹ ਮਹਾਰਾਜ ਜੀ ਦੀ ਵਡਿਆਈ ਕਰ ਰਹੇ ਨੇ ਹਾਂ ਜੀ ਸੁਰਨ ਪ੍ਰਸੰਸਾ ਕੀਨ ਜਿਤੇਕ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਗੁਰਸਿੱਖੋ ਨੌਵੇਂ ਪਾਤਸ਼ਾਹ ਵਿਬਾਨ ਵਿੱਚ ਬੈਠੇ ਆ ਦੇਵਤੇ ਮਹਾਰਾਜ ਦੀ ਜਿੰਨੀ ਪ੍ਰਸ਼ੰਸਾ ਕਰਦੇ ਹਨ ਕਹੋ ਕਹਾਂ ਲਗ ਕਰੋ ਬਿਬੇਕ ਕਹਿੰਦੇ ਮੈਂ ਜਿੰਨਾ ਮਰਜੀ ਗਿਆਨ ਇਕੱਠਾ ਕਰ ਲਾਂ ਮੈਂ ਉਹ ਸਿਫਤ ਤੁਹਾਨੂੰ ਦੱਸ ਨਹੀਂ ਸਕਦਾ ਅਖੋ ਵਾਹਿਗੁਰੂ ਕਿਉਂਕਿ ਸਿਫਤ ਤੇ ਮੁਕਣ ਚ ਆ ਹੀ ਨਹੀਂ ਸਕਦੀ ਗੁਰੂ ਸਾਹਿਬ ਦੀ ਸਿਫਤੀ ਭਰੇ ਤੇਰੇ ਭੰਡਾਰਾ ਭੰਡਾਰਾ ਇੱਥੇ ਤੇ ਮਹਾਰਾਜ ਜੀ ਦੀਆਂ ਸਿਫਤਾਂ ਦੇ ਭੰਡਾਰ ਹੀ ਭਰੇ ਪਏ ਆ ਜੀ ਭੰਡਾਰ ਭਰੇ ਪਏ ਆ ਹਾਂਜੀ ਨਿਰਤ ਅਪਸਰਾਂ ਕਰਤ ਅਗਾਰੀ ਅੱਗੇ ਅੱਗੇ ਅਪਸਰਾਂ ਜਿਹੜੀਆਂ ਨਾ ਉਹ ਨਿਰਤ ਕਰ ਰਹੀਆਂ ਨੇ ਹਾਂਜੀ गावਤ ਹੋਤ ਕੁਲਾਹਲ ਭਾਰੀ ਆਹ ਦੇਵਤੇ ਗਾ ਰਹੇ ਨੇ ਕੁਲਾਹਲ ਹੋ ਰਿਹਾ ਜੀ ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੇ ਹਾਂਜੀ ਜੈ ਜੈ ਕਰਤ ਜਾਤ ਸੰਸਾਰੇ ਸਾਰੇ ਦੇਵਤੇ ਮਹਾਰਾਜ ਜੀ ਦਾ ਬਿਬਾਨ ਚੁੱਕੀ ਜਾ ਰਹੇ ਨੇ ਤੇ ਮੁਖੋਂ ਕਹਿ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੀ ਜੈ ਹੋਵੇ ਜੈ ਜੈਕਾਰ ਕਰਦੇ ਹੋਏ ਜਾ ਰਹੇ ਨੇ ਕੱਲੇ ਦੇਵਤੇ ਕੀ ਖੰਡ ਬ੍ਰਹਮੰਡ ਸਾਰੇ ਜੈ ਜੈਕਾਰ ਕਰਦੇ ਹਰ ਮੰਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕੀ ਕੀਮਤ ਕਹੀ ਨਾ ਜਾਏ ਉਹ ਗੁਰਪੂਰਾ ਕੌਣ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਾਂਜੀ ਹਮ ਗੁਰ ਰਾਖੇ ਮੁਖ ਉਚਾਰੇ ਦੇਵਤੇ ਮੁਖੋਂ ਕਹਿ ਰਹੇ ਨੇ ਗੁਰੂ ਸਾਹਿਬ ਨੇ ਸਾਨੂੰ ਬਚਾ ਲਿਆ ਵੀ ਜੇ ਹਿੰਦੂ ਨੇ ਸਾਡਾ ਹਮਨ ਕਰਨਗੇ ਸਾਡੀ ਪੂਜਾ ਕਰਨਗੇ ਤਾਈਓ ਸਾਡੀ ਪੂਜਾ ਪ੍ਰਤੀਸ਼ਠਾ ਹੈ ਮਾਰ ਨੇ ਤਾਂ ਸਾਨੂੰ ਹੀ ਬਚਾ ਲਿਆ ਸੱਚੇ ਪਾਤਸ਼ਾਹ ਜੀ ਨੇ ਹਾਂ ਸੱਚਖੰਡ ਕੋ ਚੱਲਿਓ ਬਿਬਾਨ ਸੱਚੇ ਪਾਤਸ਼ਾਹ ਗਰੀਬ ਨਵਾਜ਼ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਿਬਾਨ ਸਤਖੰਡ ਨੂੰ ਚੱਲਾ ਹੈ ਸਭ ਦਿਸ਼ ਦੇਖ ਹੈ ਦਇਆ ਨਿਧਾਨ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਭ ਦੇਵਤਿਆਂ ਦੇ ਮੁਖ ਵੱਲ ਵੇਖਦੇ ਆ ਜੀ ਫਿਰ ਬੇਨਤੀ ਤੇ ਇਹ ਇਸ ਲੋਕ ਦੀ ਕਥਾ ਨਹੀਂ ਲਿਖੀ ਭਾਈ ਸੰਤੋਖ ਸਿੰਘ ਜੀ ਨੇ ਆਖੋ ਵਾਹਿਗੁਰੂ ਵਾਹਿਗੁਰੂ ਇਸ ਲੋਕ ਦੀ ਥੋੜੀ ਲਿਖੀ ਹੈ ਇਹ ਉੱਪਰਲੇ ਲੋਕ ਦੀ ਲਿਖੀ ਹੈ ਪਰਲੋਕ ਦੀ ਕਥਾ ਲਿਖੀ ਹੈ ਕਹਿੰਦੇ ਮਹਾਰਾਜ ਨੇ ਫਿਰ ਸਾਰਿਆਂ ਦੇ ਵੱਲ ਵੇਖਿਆ ਤੇ ਕਿਵੇਂ ਵੇਖਿਆ ਦਇਆ ਦ੍ਰਿਸ਼ਟੀ ਦੇ ਨਾਲ ਵੇਖਿਆ ਮੇਰ ਦੀ ਨਿਗਾ ਨਾਲ ਵੇਖਿਆ ਮਿਰਦ ਬਕਨ ਸੋ ਦੇ ਦੇ ਧੀਰਾ ਮਹਾਰਾਜ ਨੇ ਉਹਨਾਂ ਨੂੰ ਧੀਰਜ ਵੀ ਦਿੱਤਾ ਜੀ ਮਿੱਠੇ ਬੋਲ ਬੋਲ ਕੇ ਉਹਨਾਂ ਨੂੰ ਧੀਰਜ ਦਿੱਤਾ ਹੈ ਕਰੀ ਬਿਨਾਸ਼ਨ ਸੁਰਗਨ ਪੀਰਾ ਤੇ ਦੇਵਤਿਆਂ ਦੀ ਮਹਾਰਾਜ ਨੇ ਚਿੰਤਾ ਦੂਰ ਕੀਤੀ ਜੀ ਪਤਾ ਮਹਾਰਾਜ ਨੇ ਉਹਨਾਂ ਨੂੰ ਕੀ ਕਿਹਾ ਸੁਣੋ ਧਿਆਨ ਨਾਲ ਗੁਰੂ ਤੇਗ ਬਹਾਦਰ ਸਾਹਿਬ ਵਿਬਾਨ ਚ ਬੈਠੇ ਨੇ ਜੀ ਸੱਚਖੰਡ ਨੂੰ ਵਿਬਾਨ ਜਾ ਰਿਹਾ ਤੇ ਮਹਾਰਾਜ ਦੇਵਤਿਆਂ ਨੂੰ ਰਸਤੇ ਵਿੱਚ ਕਹਿ ਰਹੇ ਨੇ ਹਾਂਜੀ ਰੋ ਨਿਚਿੰਤ ਤੁਰਕ ਜਰ ਗਈ ਆਹਾਂ ਆਖ ਵਾਹਿਗੁਰੂ ਵਾਹਿਗੁਰੂ ਮਹਾਰਾਜ ਕਹਿਣ ਲੱਗੇ ਨਿਸ਼ਚਿੰਤ ਰੋ ਨਿਸ਼ਚਿੰਤ اے ਦੁਸ਼ਟ ਬੰਦੇ ਜਿਹੜੇ ਧੱਕਾ ਕਰ ਰਹੇ ਆ ਤੁਰਕ ਰੰਗ ਜੇਬ ਮਾਰਾ ਕਹਿਣ ਲੱਗੇ ਇਹਦੀ ਜੜ ਸਮਝੋ ਪੁੱਟੀ ਗਈ ਹੈ ਕਹਿਣ ਲੱਗੇ ਹਾਂਜੀ ਰਾਜ ਤੇਜ ਦਿਨ ਪ੍ਰਤ ਬਿਨ ਸਈ ਹੁਣ ਅੱਜ ਤੋਂ ਇਹਦਾ ਰਾਜ ਦਿਨੋਂ ਦਿਨ ਛੋਟਾ ਹੋਣਾ ਸ਼ੁਰੂ ਹੋ ਜਾਣਾ ਕਹਿਣ ਲੱਗੇ ਇਹਦਾ ਤੇਜ ਦਿਨੋਂ ਦਿਨ ਖਤਮ ਹੋਣਾ ਸ਼ੁਰੂ ਹੋ ਜਾਣਾ ਹਾਂ ਜੀ ਗੁਰੂ ਗੋਬਿੰਦ ਪੰਥ ਉਪਜਾਵੇ ਮਹਾਰਾਜ ਬਿਬਾਨ ਚ ਬੈਠੇ ਤੇ ਦੇਵਤਿਆਂ ਨੂੰ ਕਹਿ ਰਹੇ ਐ ਮਹਾਰਾਜ ਕਹਿਣ ਲੱਗੇ ਫਿਰ ਸਮਾ ਆਉਣਾ ਤੇ ਗੁਰੂ ਗੋਬਿੰਦ ਜੀ ਨੇ ਪੰਥ ਸਾਜਣਾ ਹਾਂ ਜੀ ਰਣ ਰਚ ਸਨੇ ਸਨੇ ਬਿਨਸਾਵੇ ਮਹਾਰਾਜ ਕਹਿੰਦੇ ਉਹਨਾਂ ਨੇ ਰਣ ਵੀ ਰਚਣਾ ਜੰਗ ਵੀ ਕਰਨੇ ਆ ਤੇ ਸੱਜ ਸੱਜ ਸੱਜੇ ਸੱਜੇ ਇਹ ਸਾਰੇ ਹੀ ਮਾਰ ਦੇਣੇ ਕਹਿਣ ਲੱਗੇ ਖਤਮ ਕਰ ਦੇਣੇ ਹਾਂਜੀ ਨਹੀਂ ਨਗਾਰਬੰਦ ਕੋ ਰਹੇ ਧੰ ਗੁਰੂ ਤੇਗ ਬਹਾਦਰ ਸਾਹਿਬ ਵਿਭਾਂਤ ਚ ਬੈਠੇ ਦੇਵਤੇ ਸੁਣ ਰਹੇ ਐ ਖੁਸ਼ ਹੋ ਰਹੇ ਐ ਮਹਾਰਾਜ ਵਿਭਾਂਤ ਚ ਬੈਠੇ ਦੇਵਤੇ ਨਾਲ ਨਾਲ ਤੁਰ ਰਹੇ ਐ ਮਹਾਰਾਜ ਕਹਿੰਦੇ ਹੋਰ ਦਸਿਗੇ ਇਹਨਾਂ ਤੁਰਕਾਂ ਦਾ ਨਗਾਰਾ ਵਜਾਉਣ ਵਾਲਾ ਵੀ ਨਹੀਂ ਕੋਈ ਰਹੇਗਾ ਕਹਿਣ ਲੱਗੇ ਨਗਾਰਾ ਵਜਾਉਣ ਵਾਲਾ ਨਹੀਂ ਕੋਈ ਰਹੇਗਾ ਤੇ ਨਹੀਂ ਹੈਗਾ ਤੇ ਸਾਧ ਸੰਗਤ ਜੀ ਮੇਰੇ ਬਾਜਾਂ ਵਾਲੇ ਸਤਿਗੁਰਾਂ ਦੇ ਆਨੰਦਪੁਰ ਸਾਹਿਬ ਵਿੱਚ ਅੱਜ ਵੀ ਨਗਾਰੇ ਵੱਜਦੇ ਨੇ ਜੀ ਜਦੋਂ ਹੋਲਾ ਮੱਲਾ ਹੁੰਦਾ ਨਾ ਜੀ ਕਈ ਨਗਾਰੇ ਰੱਖ ਕੇ ਇਕੱਠੇ ਵੱਜਦੇ ਆ ਤੇ ਫਿਰ ਹੋਲੇ ਮੱਲੇ ਦੀ ਸ਼ੁਰੂਆਤ ਹੁੰਦੀ ਹੈ ਜੀ ਮਹਾਰਾਜ ਕਹਿੰਦੇ ਇਹਨਾਂ ਦਾ ਨਗਾਰਾ ਵਜਾਉਣ ਵਾਲਾ ਨਹੀਂ ਕੋਈ ਰਹੇਗਾ ਅਸ ਬినాਸ਼ ਦਸਹਿ ਕੋਲ ਹੈ ਬਸ ਸਮਝੋ ਵੀ ਇਹਨਾਂ ਦਾ ਇੰਨਾ ਭਿਆਨਕ ਨਾਸ਼ ਹੋ ਜਾਣਾ ਹੈ ਮੋੜ ਇਸ ਦੇਸ਼ ਵਿੱਚ ਮਹਾਰਾਜ ਕਹਿੰਦੇ ਇਹਨਾਂ ਦਾ ਰਾਜ ਨਹੀਂ ਪੈਦਾ ਹੋਣਾ ਆਖੋ ਵਾਹਿਗੁਰੂ ਵਾਹਿਗੁਰੂ ਸਾਧ ਸੰਗਤ ਜੀ ਮੈਂ ਸੁਣਿਆ ਸੀ ਗੁਰਮੁਖਾਂ ਤੋਂ ਉਹ ਮੈਂ ਬੇਨਤੀ ਕਰ ਦੇਣਾ ਨਰੰਗਾ ਕਿੱਡਾ ਵੱਡਾ ਬਾਦਸ਼ਾਹ ਸੀ ਤੁਸੀਂ ਅੰਦਾਜ਼ਾ ਲਾਓ ਵੀ ਸਾਰੇ ਦੇਸ਼ ਵਿੱਚ ਉਹਦਾ ਹੁਕਮ ਚੱਲਦਾ ਸੀ ਤੇ ਉਦੋਂ ਦੇਸ਼ ਛੋਟਾ ਜਿਹਾ ਥੋੜੀ ਸੀਗਾ ਜੀ ਹੁਣ ਤੇ ਛੋਟਾ ਜਿਹਾ ਦੇਸ਼ ਹੈ ਉਰੰਗ ਆ ਲਾਹੌਰ ਪਿਸ਼ੋਰ ਜਲਾਲਾਬਾਦ ਗਜਨੀ ਸਾਰਾ ਹਿੰਦੁਸਤਾਨ ਈ ਦਾ ਰੂਪ ਸੀਗਾ ਜੀ ਸਾਰਾ ਹਿੰਦੁਸਤਾਨ ਸੀਗਾ ਇੰਨਾ ਵੱਡਾ ਬੰਦਾ ਔਰੰਗਜ਼ੇਬ ਸੀਗਾ ਜੀ ਤੇ ਪਿਛੇ ਜੇ ਪਤਾ ਲੱਗਾ ਸੀ ਵੇ ਉਹਦਾ ਖਾਨਦਾਨ ਉਹਦੀ ਵੰਛਦ ਵਿੱਚੋਂ ਕੁਝ ਬੰਦੇ ਅੱਜ ਵੀ ਹੈਗੇ ਆ ਜਿਹੜੇ ਚਾਹ ਦੀ ਰੇੜੀ ਦੇ ਉੱਤੇ ਝੂਠੇ ਕੱਪ ਮਾਜਦੇ ਆ ਜੀ ਉਹਨਾਂ ਤਖਤ ਸਹਿਬ ਆ ਕੇ ਮਾਫੀ ਮੰਗੀ ਸੀਗੀ ਜੀ ਇੱਕ ਦਾ ਵੱਡਾ ਰਾਜਾ ਤੇ ਅੱਜ ਉਹਦੀ ਸੰਤਾਨ ਉਹਦੇ ਵੰਛਦ ਮੇਰੇ ਵੈਸੇ ਮੰਨਦਾ ਭਾਵਾ ਵੀ ਬਹੁਤੇ ਮਾੜੇ ਕਰਮ ਕੀਤੇ ਹੋਣਗੇ ਤੇ ਉਹਦੀ ਕੁਲ 'ਚ ਜਨਮ ਹੋਇਆ ਹੋਏਗਾ ਜੀ ਬਹੁਤੇ ਮਾੜੇ ਕਿਸੇ ਨੇ ਕਰਮ ਕੀਤੇ ਹੋਣਗੇ ਨਾ ਜੀ ਤੇ ਉਹ ਨਰੰਗੇ ਦੀ ਕੁਲ 'ਚ ਪੈਦਾ ਹੋਇਆ ਹੋਏਗਾ ਜੀ ਇਹ ਹਾਲ ਜੇ ਤੇ ਨਵੇਂ ਪਾਸ਼ਾ ਝੂਠ ਥੋੜੀ ਕਰ ਰਹੇ ਮਾਰਾ ਦੇਵਤਿਆਂ ਨੂੰ ਕਹਿੰਦੇ ਮਾਰਾ ਕਹਿੰਦੇ ਵੇਖਿਓ ਤੇ ਸਹੀਂ ਲੱਪਣਾ ਕੋਈ ਨਹੀਂ ਕਹਿਣ ਲੱਗੇ ਸਾਦਰ ਸੁਰ ਸਭ ਦਏ ਹਟਾਈ ਹੁਣ ਦੇਵਤਿਆਂ ਦੀ ਵੀ ਸੱਚਖੰਡ ਤੱਕ ਨਹੀਂ ਨਾ ਪਹੁੰਚ ਜਿਹਦੀ ਜਿੱਥੋਂ ਤੱਕ ਪਹੁੰਚ ਹੈ ਉਥੋਂ ਤੱਕ ਛੱਡ ਕੇ ਮਹਾਰਾਜ ਨੂੰ ਆਪਣੇ ਅਸਥਾਨਾਂ ਤੇ ਚਲੇ ਗਿਆ ਕੋਈ ਬ੍ਰਹਮਪੁਰੀ ਨੂੰ ਚਲੇ ਗਿਆ ਕੋਈ ਸ਼ਿਵਪੁਰੀ ਨੂੰ ਚਲੇ ਗਿਆ ਕੋਈ ਇੰਦਰਪੁਰੀ ਨੂੰ ਚਲੇ ਗਿਆ ਕੋਈ ਵਿਸ਼ਨਪੁਰੀ ਨੂੰ ਚਲੇ ਗਿਆ ਸ਼ਕਤ ਨਾ ਪਹੁੰਚਣ ਕੀ ਅਗਵਾਈ ਹਾਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਅੱਗੇ ਪਹੁੰਚਣ ਦੀ ਸ਼ਕਤੀ ਨਹੀਂ ਨਾ ਹੈਗੀ ਉਹਨਾਂ ਵਿੱਚ ਦੀ ਸੱਚਖੰਡ ਵਿੱਚ ਕੇਵਲ ਨਿਰੰਕਾਰ ਵਸਦਾ ਹੈ ਜਾਂ ਜਿਨ੍ਹਾਂ ਨੇ ਨਰੋਲ ਨਿਰੰਕਾਰ ਦਾ ਨਾਮ ਜਪਿਆ ਨਿਰੰਕਾਰ ਦਾ ਰੂਪ ਹੋ ਗਿਆ ਸੱਚਖੰਡ ਵਿੱਚ ਉਹਨਾਂ ਦਾ ਵਾਸਾ ਹੁੰਦਾ ਹੈ ਤੇ ਮਹਾਰਾਜ ਕੌਣ ਨੇ ਮਹਾਰਾਜ ਤਾਂ ਸੱਚਖੰਡ ਦੇ ਮਾਲਕ ਨੇ ਹਾਂਜੀ ਸਤਗੁਰ ਸੱਚਖੰਡ ਕੋ ਗਏ ਤਨਗੁਰੂ ਤੇ ਇੱਕ ਬਹਾਦਰ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਫਿਰ ਸੱਚਖੰਡ ਨੂੰ ਚਲੇ ਗਏ ਜੀ ਹਾਂਜੀ ਸੱਚਖੰਡ ਨੂੰ ਚਲੇ ਗਏ ਅੱਜ ਪੱਖਿਆਂ ਤੇ ਵੀ ਲਿਖ ਦਿੰਦੇ ਜੀ ਸੱਚਖੰਡ ਵਾਸੀ ਫਲਾਣਾ ਸਿੰਘ ਆਪੇ ਹੀ ਜਿਵੇਂ ਡਿਗਰੀ ਪੜ੍ਹੀ ਹੁੰਦੀ ਹੈ ਸੱਚਖੰਡ ਭੇਡਣ ਵਾਲੀ ਐਦਾਂ ਨਹੀਂ ਕੋਈ ਸੱਚਖੰਡ ਨੂੰ ਜਾਂਦਾ ਜੀ ਨਵੇਂ ਪਾਤਸ਼ਾਹ ਗਏ ਆ ਸੱਚ ਖੰਡਾ ਹਾਂਜੀ ਥਿਰ ਹੋਏ ਸੁਰ ਜੈ ਜੈ ਬਚਕੀਏ ਮਹਾਰਾਜ ਸੱਚੇ ਪਾਤਸ਼ਾਹ ਦੀ ਸੱਚਖੰਡ ਚਲੇ ਗਏ ਦੇਵਤੇ ਬਾਹਰ ਖਲੋ ਕੇ ਦਰਵਾਜੇ ਤੇ ਮਹਾਰਾਜੀ ਦੀ ਜੈ ਜੈਕਾਰ ਕਰਦੇ ਆ ਗੁਰੂ ਤੇਗ ਬਹਾਦਰ ਜੀ ਤੁਹਾਡੀ ਜੈ ਹੋਵੇ 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 ਕਹਿੰਦੇ ਐ ਜੈ ਜੈ ਬਚ ਕੀ ਹੈ ਤੇ ਦਸਵੇਂ ਪਾਤਸ਼ਾਹ ਕੀ ਲਿਖਦੇ ਹੈ ਹੇ 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 ਸਭ ਜਗ ਭਇਓ ਜੈ 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 ਸੁਰ ਲੋਕ ਸੁਰ ਲੋਕ ਹਾਂਜੀ ਅਬ ਦਿੱਲੀਪੁਰ ਕੀ ਜਮ ਕਥਾ ਕਹਿੰਦੇ ਹੁਣ ਦਿੱਲੀ ਦੀ ਕਥਾ ਸੁਣੋ ਭਾਈ ਸੰਤੋਖ ਸਿੰਘ ਕਹਿੰਦੇ ਜੋ ਦਿੱਲੀ ਵਿੱਚ ਹੋ ਰਿਹਾ ਹੈ শ্রোਤਾ ਸੁਨਹੁ ਬੀਤੀ ਤਹ ਜਥਾ ਕਥਾ ਸੁਣਨ ਵਾਲਿਓ ਗੁਰਮੁਖੋ ਪਿਆਰਿਓ ਹੁਣ ਇਹ ਕਥਾ ਸੁਣੋ ਵੀ ਸਤਗੁਰਾਂ ਦੀ ਸ਼ਹੀਦੀ ਤੋਂ ਬਾਅਦ ਦਿੱਲੀ ਵਿੱਚ ਕੀ ਹੋ ਰਿਹਾ ਹੈ ਜਬ ਸਤਗੁਰ ਕੋ ਉਤਰਿਓ ਅਸੀਸ ਜਦੋਂ ਸਾਡੇ ਸਤਗੁਰੂ ਗਰੇਬ ਨਵਾਜ ਮਹਾਰਾਜੇ ਦਾ ਸਿਰ ਉਤਰਿਆ ਹੈ ਆਉਚਕ ਹੌਲਿਓ ਰਿਦਾ ਦਲੀਸ਼ ਕਹਿੰਦੇ ਅਚਾਨਕ ਨਰੰਗੇ ਤੇ ਦਿਲ ਵਿੱਚ ਹੌਲ ਉੱਠ ਪਿਆ ਸੀਗਾ ਜੀ ਆਖੋ ਵਾਹਿਗੁਰੂ ਵਾਹਿਗੁਰੂ ਹੌਲ ਉਠਣਾ ਸਾਡੀ ਪੁਰਾਣੀ ਬੋਲੀ ਹੈ ਕਬਰਾ ਗਿਆ ਜੀ ਉਹ ਇੱਕਦਮ ਹੌਲ ਉੱਠ ਗਿਆ ਉਹਨੂੰ ਹਾਂਜੀ ਧੂਲ ਕੰਕਰੀ ਖੀਚਤਪਾਨ ਆ ਫੇਰ ਪੜਦੇ ਹੋ ਧੂਲ ਕੰਕਰੀ ਖੀਚਤਪਾਨ ਗਰੀਬ ਨਵਾਜ਼ ਮਹਾਰਾਜ ਦਾ ਅਸੀਸ ਤਰਿਆ ਇਧਰ ਧੂੜਾਂ ਔਡ ਗੁੱਠੀਆਂ ਜਿਹੜੀ ਹਵਾ ਇੰਨੀ ਤੇਜ਼ ਬੱਗੀ ਬੇ ਕੰਕਰ ਵੀ ਨਾਲ ਨਾਲ ਉੱਡਣ ਲੱਗ ਪਏ ਜੀ ਛੋਟੇ ਛੋਟੇ ਵੱਟੇ ਜਿਹੜੇ ਆ ਉਹ ਵੀ ਹਵਾ ਚ ਉੱਡੇ ਜੀ ਉਸ ਸਮੇਂ ਜੀ ਗਈ ਬੇਗ ਤੇ ਥਿਰ ਜਿਸ ਪੌਣ ਕਹਿੰਦ ਕਿ ਇੱਕ ਹਵਾ ਜੀ ਉੱਠੀ ਮਿੱਟੀ ਵੱਟੇ ਕੰਕਰ ਉੱਡ ਕੇ ਉਸ ਪਾਸੇ ਗਏ ਆ ਸਾਰੇ ਜਿੱਧਰ ਨੁਰੰਗਾ ਬੈਠਾ ਸੀਗਾ ਜੀ ਹਾਂ ਸੋਥਲ ਹਲਿਓ ਤ੍ਰਾਸ ਉਪੰਨ ਭਾਈ ਸੰਤੋਖ ਸਿੰਘ ਲਿਖਦੇ ਆ ਇਹਦਰ ਸਤਿਗੁਰੂ ਜੀ ਦਾ ਹਸੀਸ ਉਤਰਿਆ ਉਹਦਰ ਦੁਸ਼ਟ ਨਰੰਗੇ ਦਾ ਤਖਤ ਹੇ ਲਗਿਆ ਸੀਗਾ ਜੀ ਇੱਕ ਤਾਂ ਗੱਲਾਂ ਝੱਲ ਜਾਂਦਾ ਨਾ ਜੀ ਇੱਕ ਸੱਚੀ ਹੈ ਲਦਾ ਜੀ ਉਹਦਾ ਤਖਤ ਸੱਚੀ ਲਿਆ ਸੀਗਾ ਜੀ ਹਾਂ ਜੀ ਤੀਰ ਹੁਲਾਸ ਤੁਰਤ ਹੀ ਭੰਨ ਉਹ ਇੱਕ ਦਮ ਉਹਦੀ ਖੁਸ਼ੀ ਦੂਰ ਹੋ ਗਈ ਜੀ ਉਦਾਸੀ ਜੀ ਆ ਗਈ ਬਸ ਉਸ ਦਿਨ ਤੋਂ ਬਾਅਦ ਔਰੰਗਜੇਬ ਨੇ ਖੁਸ਼ ਨਹੀਂ ਸੀ ਹੋ ਕੇ ਵੇਖਿਆ ਜੀ ਉਸ ਦੁਸ਼ਟ ਦੀ ਜਿੰਨੀ ਉਮਰ ਸੀ ਨਾ ساری ਉਮਰ ਉਦਾਸ ਹੀ ਰਿਹਾ ਸੀਗਾ ਜੀ ਕਈ ਵਾਰੀ ਤੁਸੀਂ ਵੇਖੋ ਅਚਾਨਕ ਹੀ ਬੰਦੇ ਦੇ ਮਨ ਚ ਉਦਾਸੀ ਪੈਦਾ ਹੋ ਜਾਂਦੀ ਅਚਾਨਕ ਹੀ ਦੀ ਪਿਆਲ ਚ ਚਲ ਜਾਂਦਾ ਕਬਹੂ ਜੀਰਾ ਉ ਬਚਰਤ ਹੈ ਕਬਹੂ ਜਾਏ ਪਿਆਨੇ ਬੰਦੇ ਨੂੰ ਆਪ ਨਹੀਂ ਪਤਾ ਹੁੰਦਾ ਵੀ ਮੇਰੀ ਮੈਂ ਕੰਮ ਤੇ ਉਹਦਾ ਕੀਤਾ ਨਹੀਂ ਸਭ ਕੁਝ ਨੋਰਮਲ ਹੈ ਤੇ ਮੈਂ ਉਦਾਸ ਕਿਉਂ ਹੋ ਗਿਆ ਕਈ ਵਾਰੀ ਬੰਦਾ ਬਹੁਤ ਖੁਸ਼ ਹੋ ਜਾਂਦਾ ਜੀ ਬਿਨਾ ਕਿਹੇ ਕਾਰਨ ਤੋਂ ਮਨ ਖੁਸ਼ ਜਾ ਰਹਿੰਦਾ ਮਨ ਖਿੜਿਆ ਰਹਿੰਦਾ ਪਰ ਕਈ ਵਾਰੀ ਕੁਝ ਵੀ ਨਹੀਂ ਹੁੰਦਾ ਵੈਸੇ ਮਨ ਉਦਾਸ ਹੁੰਦਾ ਤੇ ਦਾਸ ਨੇ ਇੱਕ ਗੁਰਮੁਖ ਨੂੰ ਪੁੱਛਿਆ ਸੀ ਗੁਰਮੁਖ ਰੂਹ ਨੂੰ ਵੀ ਇੱਕ ਦਮ ਮਨ ਉਦਾਸ ਕਿਉਂ ਹੋ ਜਾਂਦਾ ਆਖੋ ਵਾਹਿਗੁਰੂ ਵਾਹਿਗੁਰੂ ਉਹ ਕਹਿਣ ਲੱਗੇ ਕੋਈ ਪਿਛਲਾ ਮਾੜਾ ਕਰਮ ਜਦੋਂ ਅੱਗੇ ਆਉਂਦਾ ਹੈ ਨਾ ਉਦੋਂ ਮਨ ਉਦਾਸ ਹੋ ਜਾਂਦਾ ਹੈ ਤੇ ਜਦੋਂ ਪਿਛਲਾ ਕਰਮ ਚੰਗਾ ਆ ਜੇ ਨਾ ਅੱਗੇ ਮਨ ਆਪੇ ਖੜ ਜਾਂਦਾ ਜੀ ਔਰੰਗ ਦੇਵ ਉਸ ਦਿਨ ਤੋਂ ਬਾਅਦ ਖੁਸ਼ ਨਹੀਂ ਹੋਇਆ ਜੀ ਕਰਮ ਹੀ ਇਹੋ ਜਾਂ ਕਰ ਬੈਠਾ ਉਹਦੀ ਉਦਾਸੀ ਨਹੀਂ ਦੂਰ ਹੋ ਸਕੀ ਜੀ ਹਾਂ ਮਤ ਬਿਸਮਤ ਦੇਖਤ ਚਹ ਕੋਦ ਨੌਰੰਗਾ ਹੈਰਾਨ ਹੋ ਗਿਆ ਚਾਰੇ ਪਾਸੇ ਵੇਖ ਰਿਹਾ ਸੀ ਮੇਰਾ ਤਖਤ ਕਿਵੇਂ ਲੱਗਿਆ ਹਾਂ ਤਤਸ਼ਨ ਹਨਿਓ ਬਿਨੋਦ ਪਰਮੋਦ ਤੁਰੰਤ ਹੀ ਉਸੇ ਵੇਲੇ ਹੀ ਸਾਦ ਸੰਗਤ ਦੀ ਉਹਦੇ ਆਨੰਦ ਵਿਲਾਸ ਸਾਰੇ ਨਾਸ਼ ਹੋ ਗਏ ਦੀ ਤੁਰੰਤੀ ਉਸੇ ਵੇਲੇ ਉਹਦੇ ਅੰਦਰ ਉਦਾਸੀ ਪੈਦਾ ਹੋ ਗਈ ਬੜੀ ਵੱਡੀ ਮਾਰ ਚ ਕਿਸੇ ਦੇ ਅੰਦਰ ਉਦਾਸੀ ਪੈਦਾ ਹੋ ਜਾਣੀ ਜੀ ਬਹੁਤ ਵੱਡੀ ਮਾਰ ਆ ਜੀ ਇੱਕਦਮ ਉਦਾਸ ਹੋ ਜਾਣਾ ਜੀ ਤੇ ਜਦੋਂ ਬੰਦਾ ਉਦਾਸ ਹੋ ਜੇ ਨਾ ਉਨੂੰ ਕੋਈ ਨਹੀਂ ਲੱਗ ਚੰਗਾ ਲੱਗਦਾ ਭਾਵੇਂ ਰਾਜਾ ਕਿਉਂ ਨਾ ਹੋਵੇ ਹਾਂਜੀ ਕਹਾ ਭਇਓ ਸੋਚਤ ਮਤ ਅੰਧਾ ਉਹ ਮਨ ਦਾ ਅੰਨਾ ਸੋਚਦਾ ਮਤ ਦਾ ਅੰਧਾ ਸੋਚਦਾ ਇਹ ਕੀ ਹੋ ਗਿਆ ਹਾਂਜੀ ਮਨੋ ਆਨ ਜਮਦੂਤਨ ਬੰਧਾ ਵਾਹ ਵਾਹ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਕ ਦਮ ਉਹਨੂੰ ਇਉਂ ਲੱਗਾ ਜਿਵੇਂ ਜਮਦੂਤਾਂ ਨੇ ਆ ਕੇ ਬੰਨ ਲਿਆ ਵੇ ਜੀ ਤੇ ਗੱਲ ਸੱਚੀ ਤੇ ਉਸੇ ਦਿਨ ਹੀ ਨੁਰੰਗੇ ਨੂੰ ਜਮਦੂਤਾਂ ਨੂੰ ਬੰਨ ਲਿਆ ਸੀਗਾ ਜੀ ਹਾਂਜੀ ਉਸਤਨ ਪਰ ਜਿਹਬਾ ਬੋ ਫੇਰੈ ਬੁੱਲ ਸੁੱਕਣ ਲੱਗ ਪਏ ਆਪਣੇ ਬੁੱਲਾਂ ਦੇ ਉੱਤੇ ਦੁਸ਼ਟ ਜੀਬ ਫੇਰਦਾ ਹੈ ਫੇਰ ਫੇਰ ਦਰ ਕੀ ਦਸ਼ ਹੀਰੈ बार-बार ਫੇਰਦਾ ਤੇ ਦਰਵਾਜ਼ੇ ਵੱਲ ਵੇਖਦਾ ਵੀ ਕੋਈ ਅੰਦਰ ਵੀ ਨਹੀਂ ਆਇਆ ਤੇ ਤਖਤ ਕਿਵੇਂ ਲਗਿਆ ਮੇਰਾ ਹਾਂ ਕਿਤਨੇ ਮਹਿ ਉਮਰਾਵ ਸੋ ਆਏ ਇੰਨੇ ਚਿਰ ਨੂੰ ਉਹ ਅਹਲਕਾਰ ਆਇਆ ਜਿਹੜਾ ਲਾਗੇ ਖਲੋਤਾ ਸੀਗਾ ਜਲਾਦ ਦੇ ਮਹਾਰਜ ਦੇ ਸੈਦ ਨਾਂਗੀ ਤੇਗ ਉਠਾਏ ਉਹ ਸੈਦ ਜਲਾਦ ਵੀ ਆਇਆ ਜੀ ਤਲਵਾਰ ਲੈ ਕੇ ਸੰਗ ਮੌਲਾਣੇ ਅਚਰਜ ਧਾਰਤ ਮੌਲਾਣਾ ਵੀ ਨਾਲ ਆਇਆ ਜੀ ਕਾਜੀ ਹੈਰਾਨ ਹੋਇਆ ਕਿਤਕ ਪਰਸ ਪਰ ਬਾਤ ਉਚਾਰਤ ਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ ਅਵਰੰਗ ਕੋ ਸਲਾਮ ਕਰ ਖਰੇ ਤੇ ਆਗੇ ਸਾਹਮਣੇ ਆਗੇ ਦੁਸ਼ਟ ਨੁਰੰਗੇ ਨੂੰ ਦੁਸ਼ਟਾਂ ਨੇ ਸਲਾਮ ਕੀਤੀ ਜੀ ਦੇਖ ਸਭਨ ਕੋ ਬੂਝਨ ਕਰੇ ਦੁਸ਼ਟ ਨੁਰੰਗਾ ਸਾਰਿਆਂ ਨੂੰ ਵੇਖ ਕੇ ਪੁੱਛਦਾ ਹੈ ਕਹਾ ਕਰੀ ਅਰ ਕਹਾ ਨਿਹਾਰੀ ਕਹਿੰਦਾ ਕੀ ਕਰਕੇ ਆਏ ਤੇ ਕੀ ਵੇਖ ਕੇ ਆਏ ਹੋ ਹਾਂ ਜੀ ਤਹਿ ਕਿਮ ਭਈ ਬਾਰਤਾ ਸਾਰੀ ਦਸੋ ਉਥੇ ਚਾਂਦਰੀ ਚੌਂਕ ਵਿੱਚ ਕੀ ਹੋਇਆ ਹੈ ਤਬ ਉਮਰ ਆਮਨ ਪ੍ਰੇਰਨ ਕਰਿਓ ਹਾਂ ਜੀ ਸੈਦ ਸਰਬ ਬਿਰਤੰਤ ਉਚਰਿਓ ਓ ਐਲਕਾਰ ਕਹਿੰਦਾ ਜਲਾਦ ਨੂੰ ਵੀ ਤੂੰ ਹੀ ਦੱਸ ਹੁਣ ਓ ਜਲਾਦ ਕਹਿੰਦਾ ਹੁਕਮ ਆਪਕੋ ਜਬ ਲੈ ਗਏ ਹਾਂ ਜੀ ਥਰੇ ਪਿੰਜਰੇ ਹਿਰਤ ਭਏ ਹਾਂ ਜੀ ਹਿਤ ਸਮਝਾਵਨ ਕੁਛ ਬਚ ਕਹੇ ਪੂਰਨ ਅਜ਼ਮਤ ਪਰਖਣ ਕੋ ਚਾਹੀ। ਵਾਹਿਗੁਰੂ ਵਾਹਿਗੁਰੂ ਕਹਿੰਦਾ ਜੀ ਤੁਹਾਡਾ ਸਮਝਾਇਆ ਤੁਹਾਡੇ ਬਾਰੇ ਸਮਝਾਇਆ ਪਿੰਜਰੇ ਵਿੱਚੋਂ ਬਾਹਰ ਕੱਢਿਆ ਉਹਨਾਂ ਨੇ ਇਸ਼ਨਾਨ ਕੀਤਾ ਪਾਠ ਕੀਤਾ ਹਾਂਜੀ ਤਬ ਨਿਜ ਬਲ ਤੇ ਤੇਗ ਚਲਾਈ ਦੁਸ਼ਟ ਕਹਿੰਦਾ ਫਿਰ ਮੈਂ ਪੂਰੀ ਜਾਨ ਲਾ ਕੇ ਤਲਵਾਰ ਚਲਾਈ ਹਾਂ ਨਹਿ ਗਰੀਵਾ ਮਹਿ ਲਗਬੇ ਪਾਈ ਅਜੇ ਉਹਨਾਂ ਦੀ ਧੌਣ ਨੂੰ ਗਲੇ ਨੂੰ ਗਰੀਵਾ ਨੂੰ ਤਲਵਾਰ ਨਹੀਂ ਸੀ ਛੋਈ ਕਹਿਣ ਲੱਗਾ ਹਾਂਜੀ ਉਤਰਿਓ ਧਰ ਤੇ ਸਿਰ ਪਹਿਲਾਂ ਹੀ ਪਤਾ ਨਹੀਂ ਕੀ ਗੱਲ ਹੈ ਤਲਵਾਰ ਪਹੁੰਚਣ ਤੋਂ ਪਹਿਲਾਂ ਹੀ ਸੀਸ ਵਖਰਾ ਹੋ ਗਿਆ ਸੀ ਕਹਿਣ ਲੱਗਾ ਹਾਂਜੀ ਮਨਹੁ ਅਗਾਰ ਲੱਗਿਓ ਨਹੀਂ ਕਹਿਣ ਲੱਗੇ ਐਨ ਲੱਗਾ ਵੀ ਤਲਵਾਰ ਤੇ ਛੁਈ ਨਹੀਂ ਤਲਵਾਰ ਵੱਜਣੀ ਚਾਹੀਦੀ ਸੀ ਸੀਸ ਨੂੰ ਹਾਂਜੀ ਕਾਗਦ ਬੰਦ ਧਾਰ ਪਰ ਜੈਸੀ ਜਿਵੇਂ ਕਾਗਜ ਤੁਸੀਂ ਬੰਨਿਆ ਸੀ ਨਾ ਤਲਵਾਰ ਦੇ ਉੱਤੇ ਦੇਖ ਲਿਓ ਅਬ ਲਾਉ ਥਿਰ ਤੈਸੀ ਆਹ ਵੇਖ ਲਓ ਓਵੇਂ ਹੀ ਕਾਗਜ ਵੱਜਿਆ ਪਿਆ ਤੇ ਤੁਹਾਡੇ ਹੱਥਾਂ ਦਾ ਹੀ ਵੱਜਾ ਪਿਆ ਕਟਿਓ ਨਾ ਰੰਚਕ ਟੁੱਟਿਓ ਨਾ ਧਾਗਾ ਆਹ ਵੇਖੋ ਨਾ ਤੇ ਕਾਗਜ ਕੱਟਿਆ ਗਿਆ ਨਾ ਤੁਹਾਡਾ ਬੰਨਿਆ ਧਾਗਾ ਟੁੱਟਿਆ ਪ੍ਰਥਮ ਸਮਾਨ ਤੇਗ ਸੋਨ ਲਾਗਾ ਪਹਿਲਾ ਵਰਗੀ ਤੇਗ ਹੀ ਹੈ ਹਾਂਜੀ ਸਭ ਸੋ ਜੈਸੇ ਪ੍ਰਥਮ ਉਬਾਚਾ ਕਟਿਓ ਨਾ ਕਾਗਦ ਕਰਿਓ ਸੋ ਸਚ ਸੋ ਇਹ ਪਤਾ ਨਹੀਂ ਕੀ ਖੇਡ ਵਰਤਾਈ ਹੈ ਲੋਕ ਹਜ਼ਾਰੋਂ ਦੂਰ ਕੇ ਨੇਰੇ ਸਗਰੇ ਖਰੇ ਤਿਨਹੋਂ ਦਿਸਹੇਰੇ ਕਹਿੰਦਾ ਵੀ ਸੀਸ ਤੇ ਪਹਿਲਾਂ ਹੀ ਉਤਰਿਆ ਸੀ ਸਾਨੂੰ ਸਾਡੀਆਂ ਅੱਖਾਂ ਨੇ ਤਾਂ ਇੱਕ ਭਰਮ ਹੀ ਵੇਖਿਆ ਬਾਕੀ ਸੰਗਤ ਦੀ ਮਹਾਰਾਜ ਨੇ ਔਰੰਗਜ਼ੇਬ ਦੇ ਸਿਰ ਤੇ ਠੀਕਰਾਈ ਪੰਨੇ ਆ ਠੀਕਰ ਫੋਰ ਦਲੇਸ ਦਲੇਸ ਸਿਰ ਪ੍ਰਭ ਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਕਰੀ ਨਾ ਕਿਨਹੂ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹਾ 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 ਸਭ जग ਭਇਓ ਜੈ 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 ਸੁਰ ਲੋਕ ਸੁਮਾਰ ਸੱਚੇ ਪਾਤਸ਼ਾਹ ਜੀ ਦੀ ਇਹ ਅਮਰਤ ਰੂਪ ਕਥਾ ਕਿਵੇਂ ਦੇਵਤੇ ਵੀ ਸਾਡੇ ਸਤਿਗੁਰੂ ਜੀ ਦਾ ਸਨਮਾਨ ਕਰਦੇ ਨੇ ਸਾਰੇ ਹੀ ਮਹਾਰਾਜ ਨੂੰ ਪੂਜਦੇ ਆ ਉਹ ਕਹਿੰਦੇ ਮਹਾਰਾਜ ਤੁਸੀਂ ਸਾਡੀ ਵੀ ਇੱਜ਼ਤ ਰੱਖ ਲਈ ਤੁਸੀਂ ਨਾ ਹੁੰਦੇ ਸਾਨੂੰ ਕਿੰਨੇ ਮੰਨਣਾ ਸੀਗਾ ਸੋ ਅਗੋਂ ਕਥਾ ਆਪਾਂ ਅਗਲੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ ਹੁਣ ਕੁਝ ਸਮਾਂ ਵਾਹਿਗੁਰੂ ਵਾਹਿਗੁਰੂ ਜਪਣਾ ਭੁੱਲਾਂ ਦੀ ਮਾਫੀ ਬਖਸ਼ਿਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ